मारिया सिक्का जगत विच नानक निर्मल पंथ चलाया। जेड़े साढ़े पंजां तत्तां दा शरीर तीन तत्त हवा पानी ते धरती अज तिन्ने ही प्रदूषित आ। हुण साढ़े कोल 17 साल दा पानी बचिया, इह कोई किसे दी जोत सी दी भविखबाणी नहीं। ਕੀ ਹੈਗਾ ਕਿ ਅਗਲੇ 20 ਸਾਲਾਂ ਬਾਅਦ ਪੰਜਾਬ ਮਾਰੂਥਲ ਹੋਊਗਾ। ਜੇ ਅਸੀਂ ਨਾ ਕੀਤਾ ਅਸੀਂ ਪੰਜਾਬ ਦੇ ਮਸਲੇ ਹੱਲ ਹੋ ਜਾਣ। ਪਾਣੀ ਦਾ ਮਸਲਾ, ਮਿੱਟੀ ਦਾ ਮਸਲਾ, ਪ੍ਰਦੂਸ਼ਣ ਦਾ ਮਸਲਾ ਕਿਉਂ ਨਹੀਂ ਆਉਂਦੇ? ਫਿਰ ਤੁਹਾਨੂੰ ਲੱਗਦਾ ਕਦੇ ਆ ਸਕਦੇ ਆ? ਇਲੈਕਸ਼ਨ ਆ ਰਹੀ ਹੈ, ਇਲੈਕਸ਼ਨ ਦਾ ਇੱਕ ਮੁੱਦਾ ਬਣੇ, ਇਹਦੇ ਵਾਸਤੇ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਗ੍ਰੀਨ ਮੈਨੀਫੈਸਟੋ ਬਣਾ ਕੇ ਦਿੱਤਾ। ਇਹ ਹਰ ਵਾਰ ਦਿੰਦੇ ਹੋ ਤੁਸੀਂ, ਮੈਂ ਕਹਿ ਰਿਹਾ ਕਿ ਕੋਈ ਚੋਣਾਂ ਨਹੀਂ ਹੋਣਾ ਜੀ ਤੁਸੀਂ ਨਹੀਂ ਦਿੱਤਾ ਹੋਵੇ। ਹਰ ਵਾਰੀ ਅਸੀਂ ਕਰਦੇ, ਫਿਰ ਗੱਲ ਇਹ ਹੈਗਾ ਕਿ ਉਹੀ ਗੱਲ ਵੀ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਮੰਨਦੇ ਹੈਗੇ। ਮੈਂ ਪੁੱਛ ਰਿਹਾ ਕੋਈ ਮੰਨੂਗਾ, ਕੋਈ ਮਸਲਾ ਹੱਲ ਹੋਊਗਾ? ਸੰਤ ਸੀਚੀ ਵਾਲੇ ਵੀ ਰਾਜਨੀਤੀ ਚ ਆਉਣਗੇ, ਖਬਰਾਂ ਵੀ ਛਪ ਗਈਆਂ ਚੱਲ ਗਈਆਂ, ਆਮ ਆਦਮੀ ਪਾਰਟੀ ਦਾ ਚਿਹਰਾ ਹੋ ਸਕਦੇ ਨੇ। ਕਦੇ ਸੋਚਿਆ ਜ਼ਿੰਦਗੀ ਕਿ ਸੀਚੀ ਵਾਲ ਰਾਜਨੀਤੀ ਚ ਆਉਣਗੇ ਜਾਂ ਇਹ ਗੱਲ ਕਿਉਂ ਚੱਲੀ ਗਈ? ਤੁਹਾਨੂੰ ਲੱਗਦਾ ਬਦਲ ਸਰ, ਤੁਸੀਂ ਪੋਲਿਊਸ਼ਨ ਬੋਰਡ 'ਚ ਹੁੰਦੇ ਸੀਗੇ, ਪ੍ਰਦੂਸ਼ਣ ਬੋਰਡ ਦੇ ਮੈਂਬਰ ਰਹੇ ਹੋ, ਹਟਾ ਵੀ ਦਿੱਤੇ ਗਏ, ਫਿਰ ਦੁਬਾਰਾ ਆ ਗਏ ਸੀ, ਖਬਰਾਂ ਚਲਾਈਆਂ, ਤੁਹਾਨੂੰ ਫਿਰ ਇੱਕ ਬਹਾਲ ਕਰਤਾ, ਤੁਹਾਨੂੰ ਲੱਗਦਾ ਸਿਸਟਮ ਵਿੱਚ ਰਹਿ ਕੇ ਬਦਲਦਾ ਗਾ? ਤੁਸੀਂ ਤਾਂ ਰਹੇ ਹੋ ਵਿੱਚ ਵਿੱਚ ਬਹੁਤ ਕੁਛ ਅਸੀਂ ਜਿਹੜਾ ਹੈਗਾ ਬਾਹਰੋਂ ਰੌਲਾ ਪਾਉਣ ਨੂੰ ਜਿਹੜਾ ਵਿੱਚ ਪੈ ਕੇ ਬਹੁਤ ਕੁਛ, ਕਿਉਂਕਿ ਜਦੋਂ ਨਹੀਂ ਜੇ ਅਸੀਂ ਬਦਲਣਾ ਹੋਵੇ ਤਾਂ ਜੇ ਅਸੀਂ ਉਹਨਾਂ ਨਾਲ ਰਲ ਜਾਈਏ ਫਿਰ ਸਾਡਾ ਪੋਲੀਟੀਕਲ ਕੰਟਰੋਲ ਬੋਰਡ ਆਜ਼ਾਦ ਨਹੀਂ ਗਾ। ਉਹ ਪੋਲੀਟੀਕਲ ਪ੍ਰੈਸ਼ਰ ਦੇ ਹੇਠਾਂ ਵਾ, ਉਹ ਵੱਡਿਆਂ ਲੋਕਾਂ ਦੇ ਪ੍ਰੈਸ਼ਰ ਦੇ ਹੇਠਾਂ, ਕਿਉਂਕਿ ਉਹਨਾਂ ਉਹ ਆਜ਼ਾਦ ਅਦਾਰਾ ਨੇ, ਉਹਨਾਂ 'ਤੇ ਇਹੋ ਜਿਹਾ ਪ੍ਰੈਸ਼ਰ ਆ ਸਾਰੇ ਅਧਿਕਾਰੀਆਂ 'ਤੇ, ਉਹਨਾਂ ਨੂੰ ਉਹ ਮੰਨਣੀ ਪੈਂਦੀ ਹੈ, ਭਾਵੇਂ ਕਿ ਸਾਨੂੰ ਵੀ ਪਤਾ ਹੁੰਦਾ ਵਾ ਕਿ ਇਹ ਸਾਰਾ ਕੁਛ ਗਲਤ ਹੋ ਰਿਹਾ। ਪਾਣੀ ਨੂੰ ਅਸੀਂ ਬਚਾਉਣਾ ਵਾ ਤਾਂ ਸਾਨੂੰ ਝੋਨੇ ਦਾ ਬਦਲ ਲੱਭਣਾ ਪਊ। ਸਿੱਖਾਂ ਕੋਲ ਵੀ ਰਾਜਨੀਤੀ ਰਹੀ, ਸਿੱਖ ਰਾਜਨੀਤੀ ਵੀ ਪੰਜਾਬ ਦੇ ਅੰਦਰ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਰਾਜਨੀਤੀ ਹੋਈ ਹੈ ਜੀ। ਤੁਹਾਨੂੰ ਲੱਗਦਾ ਗਾ ਕਿ ਇਹ ਰਾਜਨੀਤੀ ਜਿਹੜੇ ਜਿਹੜੀਆਂ ਵੀ ਧਰਾਵਾਂ ਕਰਦੇ ਨੇ, ਜਿਹੜੇ ਜਿਹੜੇ ਵੀ ਲੋਕ ਕਰਦੇ ਰਹੇ, ਕਿਤੇ ਉਹਨਾਂ ਨੇ ਮੰਨੀ ਉਹ ਗੱਲ ਜੋ ਗੁਰੂ ਸਾਹਿਬ ਨੇ ਕਹੀ? ਜਿਹੜੀ ਹੈਗੀ ਹੈ ਸਾਨੂੰ ਸੋਚਣਾ ਪਊਗਾ ਵੋਟ ਤੋਂ ਪਹਿਲਾਂ, ਜਿਹਨੂੰ ਵੀ ਵੋਟ ਪਾਉਂਦੇ ਹਾਂ, ਜਿਸ ਵੀ ਪਾਰਟੀ ਨੂੰ ਪਾਉਂਦੇ ਹਾਂ, ਜਿਸ ਵੀ ਕੈਂਡੀਡੇਟ ਨੂੰ ਪਾਉਂਦੇ ਹਾਂ, ਘੱਟੋ ਘੱਟ ਉਹਨੂੰ ਪੁੱਛੋ ਵੀ ਸਾਨੂੰ ਜਿਉਣ ਦਾ ਅਧਿਕਾਰ ਮਿਲੂਗਾ। ਜਿਹੜਾ ਪੰਜਾਬ ਦਾ ਪਾਣੀ ਆ, ਅੰਮ੍ਰਿਤ ਵਰਗਾ ਪਾਣੀ, ਏ ਗ੍ਰੇਡ ਪਾਣੀ, ਗਲੇਸ਼ੀਅਰ ਖੁਰ ਕੇ ਪਾਣੀ ਜਿਹੜਾ ਆਉਂਦਾ ਸੀ, ਇਹ ਜਾ ਕੇ ਹੁਣ ਜਦੋਂ ਲੁਧਿਆਣੇ ਪਹੁੰਚਦਾ ਤਾਂ ਈ ਗ੍ਰੇਡ ਹੋ ਜਾਂਦਾ। ਰਾਜਸਥਾਨ 'ਚ 2.5 ਕਰੋੜ ਲੋਕ ਇਹ ਗੰਦਾ ਪਾਣੀ ਪੀ ਰਹੇ ਆ। ਰਾਜਨੀਤੀ ਦੇ ਅਧਿਆਤਮ ਦਾ ਕੀ ਰਿਸ਼ਤਾ ਹੁੰਦਾ ਗਾ? ਰਾਜਨੀਤੀ ਕਦੇ ਅਧਿਆਤਮਕ ਹੋ ਸਕਦੀ ਹੈ ਜਾਂ ਰਾਜਨੀਤੀ ਅਧਿਆਤਮਕ ਹੁੰਦੀ ਹੈ? ਕਿ ਜੇ ਸਾਡੀ ਰਾਜਨੀਤੀ ਸਪਿਰਿਚੁਅਲ ਹੋਵੇ, ਅਧਿਆਤਮਕ ਹੋਵੇ, ਸ਼ਾਇਦ ਇਹਦਾ ਇਹ ਸਰੂਪ ਨਾ ਹੋਵੇ ਜਿਸ ਤਰ੍ਹਾਂ ਦਾ ਸਰੂਪ ਇਹਦਾ ਹੈ। ਇਹ ਤਾਂ ਕੋਈ ਪਰਵਾਹ ਹੀ ਨਹੀਂ, ਕੋਈ ਲਗਾਮ ਹੀ ਨਹੀਂ, ਕੋਈ ਕੁੰਡੇ ਹੀ ਨਹੀਂ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਿੱਖੀ ਦੀਆਂ ਬਹੁਤ ਸਾਰੀਆਂ ਧਾਰਾਵਾਂ ਰਹੀਆਂ ਨੇ, ਇੱਕ ਧਾਰਾ ਨਿਰਮਲੇ ਸਾਧੂਆਂ ਦੀ ਰਹੀ ਹੈ। ਨਿਰਮਲੇ ਸਾਧੂਆਂ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਸ਼ੀ ਭੇਜਿਆ ਸੀ ਤਾਂ ਕਿ ਹਰ ਤਰ੍ਹਾਂ ਦੀ ਪੜ੍ਹਾਈ ਕਰਕੇ ਆਉਣ। ਜਦੋਂ ਜਦੋਂ ਸਿੱਖੀ 'ਤੇ ਸੰਕਟ ਪਏ, ਸਿੱਖ ਜੰਗਲਾਂ 'ਚ ਗਏ, ਨਿਰਮਲੇ ਸਾਧੂਆਂ ਨੇ ਆ ਕੇ ਬਹੁਤ ਸੇਵਾ ਕੀਤੀ। ਅਸੀਂ ਸੀਚੇਵਾਲ ਹਾਂ, ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜੇ ਨਿਰਮਲੇ ਸਾਧੂਆਂ ਦੀ ਧਾਰਾ ਨਾਲ ਜੁੜੇ ਰਹੇ ਨੇ ਜਾਂ ਖੁਦ ਕਹਿ ਦਈਏ ਨਿਰਮਲੇ ਸਾਧੂ ਨੇ, ਖਾਸ ਤੌਰ ਦੇ ਉੱਤੇ ਪੰਜਾਬ ਦੇ ਇਨਵਾਇਰਮੈਂਟ ਦੇ ਉੱਤੇ ਉਹਨਾਂ ਨੇ ਬਹੁਤ ਕੰਮ ਕੀਤਾ ਪਿਛਲੇ ਦੌਰ 'ਚ, ਜਿਸ ਦੀ ਲੋੜ ਆ ਪੰਜਾਬ ਨੂੰ। ਗੱਲਬਾਤ ਕਰਨ ਆਇਆ ਕਿਉਂਕਿ ਚੋਣਾਂ ਨੇ, ਚੋਣਾਂ ਦਾ ਅਧਿਆਤਮ ਨਾਲ ਕੀ ਰਿਸ਼ਤਾ ਹੁੰਦਾ ਅਤੇ ਚੋਣਾਂ ਦਾ ਮੁੱਦਿਆਂ ਨਾਲ ਕੀ ਰਿਸ਼ਤਾ ਹੁੰਦਾ, ਉਹਦੇ 'ਤੇ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਸਿਚਾ ਸਾਹਿਬ, ਬਹੁਤ 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 ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਲੱਗਦਾ ਗਾ, ਮੈਂ ਜਿਵੇਂ ਉਹ ਲੈ ਗਿਆ ਇੰਨੀਆਂ ਸਦੀਆਂ ਪਹਿਲਾਂ ਲੈ ਗਿਆ ਤੁਹਾਨੂੰ ਇਸ ਓਪਨਿੰਗ ਦੇ ਨਾਲ, ਇੰਨੀਆਂ ਸਦੀਆਂ ਪਹਿਲਾਂ ਗੁਰੂ ਸਾਹਿਬ ਦੇ ਨਾਲ ਰਿਸ਼ਤਾ, ਅਤੇ ਗੁਰੂ ਸਾਹਿਬ ਇੱਕ ਇਸ ਤਰ੍ਹਾਂ ਦੀ ਆਪਣੀ ਫੌਜ ਦੇਖ ਰਹੇ ਹਾਂ, ਉਹਨੂੰ ਕੋਈ ਵੀ ਸ਼ਬਦ ਦਿੱਤਾ ਜਾ ਸਕਦਾ, ਜਾਂ ਆਪਣੇ ਸ਼ਰਧਾਲੂ ਦੇਖ ਰਹੇ ਨੇ ਨਿਰਮਲਿਆਂ ਨੂੰ, ਜਿਨ੍ਹਾਂ ਨੂੰ ਇੱਕ ਹੋਰ ਕੰਮ ਲਾਇਆ ਹੋਇਆ ਗਾ, ਹੁਣ ਤੁਸੀਂ ਹੋਰ ਕੰਮ ਹੁਣ ਵੀ ਕੰਮ ਲੱਗੇ ਹੋਏ ਹੋਗੇ, ਉੱਥੋਂ ਲੈ ਕੇ ਇੱਥੋਂ ਤੱਕ ਦੇ ਸਫ਼ਰ ਨੂੰ ਕਿਵੇਂ ਦੇਖਦੇ ਹੋ? ਉਦੋਂ ਵੀ ਬਹੁਤ ਸਾਰਾ ਕੁਛ ਸੀ, ਰਾਜਨੀਤੀ ਸੀ, ਉਦੋਂ ਵੀ ਗੁਰੂਆਂ 'ਤੇ ਵਾਰ ਹੋ ਰਹੇ ਸੀ, ਹੁਣ ਵੀ ਰਾਜਨੀਤੀ ਹੈ, ਹੁਣ ਵੀ ਬਹੁਤ ਕੁਛ ਹੁੰਦਾ। ਨਹੀਂ ਉਹ ਉਸ ਵੇਲੇ ਵੀ ਜਿਹੜੀ ਸੀਗੀ, ਕਿਉਂਕਿ ਮਹਾਂਪੁਰਸ਼ ਗੁਰੂ ਮਹਾਰਾਜ ਨੇ ਸਾਰਿਆਂ ਨੂੰ ਜਿਹਨਾਂ ਨੂੰ ਜਿਹੜੇ ਵੀ ਗੁਰਬਾਣੀ ਨਾਲ ਜੁੜੇ ਆ
ਉਹਨਾਂ ਨੂੰ ਜਿਹੜਾ ਗੁਰਬਾਣੀ ਤੋਂ ਰਸਤਾ ਮਿਲਦਾ। ਨਿਰਮਲੇ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਦਬ ਸਤਿਕਾਰ ਕਰਦੇ ਆ, ਬਾਣੀ ਪੜ੍ਹਦੇ ਆ, ਬਾਣੀ ਪੜ੍ਹਾਉਂਦੇ ਆ ਅਤੇ ਬਾਣੀ ਦੇ ਨਾਲ ਹੀ ਜੁੜਦੇ ਆ। ਸੋ ਉਹ ਜਿਹੜੀ ਜੋ ਸਿੱਖਸਾ ਉਸ ਵੇਲੇ ਸੀ ਗੁਰਬਾਣੀ ਦਿੰਦੀ, ਉਸ ਹੋਈ ਸਿੱਖਸਾ ਅੱਜ ਦੇ ਰਹੀ ਹੈ। ਉਸ ਵੇਲੇ ਵੀ ਜਿਹੜਾ ਹੈਗਾ ਸਾਡੇ ਗੁਰੂਆਂ ਪਾਤਸ਼ਾਹ ਨੇ ਵੀ, ਜੇ ਉਸ ਵੇਲੇ ਸਮੇਂ ਦੀ ਲੋੜ ਸੀ ਸਰਾਵਾਂ ਬਣਾਉਣ ਦੀ, ਉਹਨਾਂ ਨੇ ਸਰਾਵਾਂ ਬਣਾਈਆਂ। ਜੇ ਉਸ ਵੇਲੇ ਲੋੜ ਸੀਗੀ ਖੂਹ ਬਣਾਉਣ ਦੀ, ਬੌਲੀਆਂ ਬਣਾਉਣ ਦੀ, ਪਾਣੀ ਦੀ ਲੋੜ ਸੀ, ਉਹਨਾਂ ਨੇ ਉਸ ਵੇਲੇ ਪਾਣੀ ਦਾ, ਮਨੁੱਖਤਾ ਦਾ ਕੰਮ, ਕਿਉਂਕਿ ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਪਲਾ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਸੋ ਹਰ ਗੁਰਸਿੱਖ ਦੀ ਸੋਚ ਹੈ ਕਿ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਦੂਸਰਿਆਂ ਵਾਸਤੇ, ਸਮਾਜ ਵਾਸਤੇ ਕੀ ਕਰ ਸਕਦਾ। ਉਸ ਵੇਲੇ ਵੀ ਜਿਹੜੀ ਸਮੇਂ ਦੀ ਲੋੜ ਸੀਗੀ, ਉਸ ਵੇਲੇ ਜੰਗਾਂ ਯੁੱਧਾਂ ਦਾ ਸਮਾਂ ਸੀ ਅਤੇ ਜਿਹੜੇ ਨਿਰਮਲੇ ਮਹਾਂਪੁਰਸ਼ ਸੀ ਜਿਹਨੇ ਵੀ ਅਸਥਾਨਾਂ ਦੇ ਉੱਤੇ ਇਹ ਬਾਣੀ ਨਾਲ ਵੀ ਜੋੜਦੇ ਸੀਗੇ, ਨਾਲ ਜੋ ਉਸ ਵੇਲੇ ਗੁਰੂ ਮਹਾਰਾਜ ਦੀਆਂ ਜਿਹੜੇ ਸਰੂਪ ਸੀ ਉਹਨਾਂ ਦੀ ਸਾਂਭ ਸੰਭਾਲ ਕਰਦੇ ਸੀ, ਵਿੱਦਿਆ ਦਿੰਦੇ ਸੀ, ਘਰਾਂ ਵਿੱਚ ਜਾਂਦੇ ਸੀ। ਉਸ ਵੇਲੇ ਉਹਨਾਂ ਨੇ ਕਿ ਜਵਾਨੀ ਕੰਠ ਕਰਾ ਕੇ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਗੁਰਬਾਣੀ ਨੂੰ ਲੋਕਾਂ ਨੂੰ ਜਿਹੜਾ ਹੈਗਾ ਜੋੜੀ ਰੱਖਿਆ। ਸੋ ਸਮੇਂ ਅਨੁਸਾਰ ਜਿਹੜੀ ਹੈਗੀ ਆ ਅੱਜ ਵੀ ਉਹੀ ਵੱਡੀ ਲੋੜ ਆ ਕਿ ਗੁਰੂ ਪਾਤਸ਼ਾਹ ਕਹਿੰਦੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ। ਜੇ ਇਹ ਜਿਹੜੇ ਜਿਹੜੀ ਬਾਣੀ ਹੈ ਸਾਨੂੰ ਕੁਦਰਤ ਨਾਲ ਜੋੜਦੀ ਹੈ। ਅੱਜ ਜਦੋਂ ਅਸੀਂ ਜਾ ਕੇ 21ਵੀਂ ਸਦੀ ਦੇ ਵਿੱਚ, 22ਵੀਂ ਸਦੀ ਚੱਲ ਪਈ ਹੈ, ਸੋ ਉਹਦੇ ਵਿੱਚ ਅਸੀਂ ਦੇਖਿਆ ਵਾ ਕਿ ਜਿਹੜੇ ਹਵਾ ਪਾਣੀ ਧਰਤੀ ਜਿਨ੍ਹਾਂ ਦੀ ਸਾਡੇ ਜੀਵਨ ਨੂੰ ਲੋੜ ਆ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੋੜ, ਤਿੰਨ ਤੱਤ ਆ ਜਿਹੜੇ ਸਾਡੇ ਪੰਜਾਂ ਤੱਤਾਂ ਦਾ ਸਰੀਰ, ਤਿੰਨ ਤੱਤ ਆ ਹਵਾ ਪਾਣੀ ਅਤੇ ਧਰਤੀ। ਅੱਜ ਤਿੰਨੇ ਹੀ ਪ੍ਰਦੂਸ਼ਿਤ ਆ। ਹਵਾ ਜਿਹੜੀ ਹੈਗੀ ਆ 30,000 ਨੂੰ ਸਿਲੰਡਰ ਆਪਾਂ ਵਿਕਦਾ ਦੇਖਿਆ। ਪਾਣੀ ਜਿਹੜਾ ਪੰਜਾਬ ਦਾ ਪਾਣੀ ਆ, ਅੰਮ੍ਰਿਤ ਵਰਗਾ ਪਾਣੀ, ਏ ਗ੍ਰੇਡ ਪਾਣੀ, ਗਲੇਸ਼ੀਅਰ ਖੁਰ ਕੇ ਪਾਣੀ ਜਿਹੜਾ ਆਉਂਦਾ ਸੀ ਇਹ ਜਾ ਕੇ ਹੁਣ ਜਦੋਂ ਲੁਧਿਆਣੇ ਪਹੁੰਚਦਾ ਤਾਂ ਈ ਗ੍ਰੇਡ ਹੋ ਜਾਂਦਾ, ਉਹ ਪਾਣੀ ਧਰਤੀ ਥੱਲੇ ਰੀਚਾਰਜ ਹੋ ਰਿਹਾ। 1985 ਤੱਕ ਜਿਹੜੀ ਹੈਗੀ ਹੈ ਸਾਇਨਡ ਇਲੈਕਟ੍ਰੋਪਲੇਟਿੰਗ ਇੰਡਸਟਰੀ ਵਰਤਦੀ ਰਹੀ ਹੈ, ਕੋਈ ਰੋਕ ਨਹੀਂ ਸੀ। ਉਹ ਸਾਰੀ ਦੀ ਸਾਰੀ ਅਨਟਰੀਟਡ ਜ਼ਹਿਰਾਂ ਸਾਡੇ ਦਰਿਆਵਾਂ 'ਚ ਗਈਆਂ, ਧਰਤੀ ਥੱਲੇ ਗਈਆਂ, ਕੈਂਸਰ ਕਾਲਾ ਪੀਲੀਆ, ਅੱਜ ਕੈਂਸਰ ਬੈਲਟਾਂ ਬਣਨੀਆਂ, ਕੈਂਸਰ ਟ੍ਰੇਨਾਂ ਬਣਨੀਆਂ। ਸੋ ਹਾਲਾਤ ਹੈ ਕਿ ਗੰਦੇ ਪਾਣੀ ਚਾਹੇ ਜਲੰਧਰ ਦਾ ਹੋਵੇ, ਚਾਹੇ ਲੁਧਿਆਣਾ ਦਾ ਹੋਵੇ, ਸਾਡੇ ਗੁਰੂ ਘਰਾਂ ਵਿੱਚ ਵੀ ਜਾ ਰਿਹਾ। ਮੁਕਤਸਰ ਜਿਹੜੇ ਸਰੋਵਰ ਜਿੱਥੇ ਅਸੀਂ ਮਾਘੀ ਦਾ ਮੇਲਾ ਮਨਾਉਂਦੇ ਹਾਂ, ਇਹੀ ਪਾਣੀ ਉਹਨਾਂ ਵਿੱਚ, ਉਹਦੇ ਵਿੱਚ ਉਹੀ ਗੰਦਗੀ ਰਲੀ ਹੋਈ, ਉਹ ਸ਼ਹਿਰਾਂ ਦਾ ਪਾਣੀ ਰਲਿਆ ਹੋਇਆ, ਇਹ ਗੁਰਦੁਆਰਿਆਂ 'ਚ ਸਾਡੇ ਪਾਣੀ ਜਾ ਰਿਹਾ, ਇਹ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਆ, ਰਾਜਸਥਾਨ ਤੱਕ 2.5 ਕਰੋੜ ਲੋਕ ਇਹ ਗੰਦਾ ਪਾਣੀ ਪੀ ਰਹੇ ਆ। ਅੱਛਾ, ਮੈਂ ਇਹ ਮੁੱਦਿਆਂ ਦੇ ਉੱਤੇ ਵੀ ਆਉਣਾ, ਮੈਂ ਸਭ ਤੋਂ ਪਹਿਲਾਂ ਸ਼ੁਰੂ ਇਹ ਕਰਨਾ ਕਿਉਂਕਿ ਚੋਣਾਂ ਦਾ ਮਾਹੌਲ ਆ ਜੀ, ਰਾਜਨੀਤੀ ਦੇ ਅਧਿਆਤਮ ਦਾ ਕੀ ਰਿਸ਼ਤਾ ਹੁੰਦਾ ਹੈਗਾ? ਰਾਜਨੀਤੀ ਕਦੇ ਅਧਿਆਤਮਕ ਹੋ ਸਕਦੀ ਹੈ ਜਾਂ ਰਾਜਨੀਤੀ ਅਧਿਆਤਮਕ ਹੁੰਦੀ ਹੈ? ਹੋ ਸਕਦੀ ਹੈ, ਕਿਉਂਕਿ ਜਿਸ ਤਰ੍ਹਾਂ ਬਾਣੀ ਦੇ ਵਿੱਚ ਵੀ ਆਉਂਦਾ ਕਿ ਰਾਜਾ ਜਨਕ ਹੋਇਆ, ਧਨ ਧਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਸੋ ਉਹ ਜਿਹੜੇ ਰਾਜੇ ਵੀ ਸੀ ਅਤੇ ਉਹ ਧਾਰਮਿਕ ਵੀ ਸੀ, ਪਰ ਇਹੋ ਜਿਹੀ ਇਸ ਯੁੱਗ ਦੇ ਵਿੱਚ ਜਿਹੜੀ ਹੈਗੀ ਆ ਇਸ ਰਾਜਨੀਤੀ ਦੇ ਵਿੱਚੋਂ, ਕਿਉਂਕਿ ਉਸ ਵੇਲੇ ਸਮਾਂ ਸੱਤ ਯੁੱਗ ਸੀ, ਲੋਕ ਸੱਤਵਾਦੀ ਸੀ ਅਤੇ ਰਾਜੇ ਵੀ ਸੱਤਵਾਦੀ ਸੀ। ਅੱਜ ਜਿਹੜਾ ਜਮਾਂ ਜਿਹੜਾ ਹੈਗਾ ਚੱਲ ਰਿਹਾ ਕਲ ਯੁੱਗ ਦੇ ਵਿੱਚ, ਅੱਜ ਜਿਹੜੇ ਹਾਲਾਤ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਕਿ ਜੇ ਬੰਦਾ ਕਿ ਰਾਜਨੀਤੀ ਦੇ ਵਿੱਚ ਉਹ ਕਵੇ ਵੀ ਉਹ ਧਾਰਮਿਕ ਹੈ, ਤਾਂ ਸਾਨੂੰ ਦਸਵੇਂ ਪਾਤਸ਼ਾਹ ਨੇ ਵੀ ਇਹੀ ਸਾਨੂੰ ਦਿੱਤਾ ਵਾ ਕਿ ਜਿਹੜਾ ਹੈਗਾ ਰਾਜਾ ਵੀ ਅਤੇ ਜੋਗੀ ਦਾ ਵੀ, ਜਿਹੜਾ ਗੁਰਬਾਣੀ ਦੇ ਨਾਲ ਗੁਰੂ ਮਹਾਰਾਜ ਨੇ ਜੋੜਦਾ, ਸੰਤ ਵੀ ਅਤੇ ਸਿਪਾਹੀ ਵੀ, ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਗੁਰੂ ਮਹਾਰਾਜ ਨੇ ਵੀ ਬਖਸ਼ੀਆਂ। ਹੁਣ ਉਹ ਹੈ ਕਿ ਕਿਹੜਾ ਸੰਤ ਬਣਨਾ ਚਾਹੁੰਦਾ ਅਤੇ ਕਿਹੜਾ ਸਿਪਾਹੀ ਬਣਨਾ ਚਾਹੁੰਦਾ। ਸੋ ਕਿਉਂਕਿ ਮੈਂ ਇਹੀ ਕਹਿ ਰਿਹਾ ਕਿ ਸੰਤ ਅਤੇ ਸਿਪਾਹੀ ਦਾ ਮੇਲ ਉੱਥੇ ਤਾਂ ਹੋ ਜਾਏ ਜੀ ਜੀ, ਕਿ ਜੇ ਸਾਡੀ ਰਾਜਨੀਤੀ ਸਪਿਰਚੁਅਲ ਹੋਵੇ ਜੀ ਜੀ, ਅਧਿਆਤਮਕ ਹੋਵੇ, ਸ਼ਾਇਦ ਇਹਦਾ ਇਹ ਸਰੂਪ ਨਾ ਹੋਵੇ ਜਿਸ ਤਰ੍ਹਾਂ ਦਾ ਸਰੂਪ ਇਹਦਾ ਹੈ, ਬਿਲਕੁਲ ਇਹ ਤਾਂ ਕੋਈ ਪਰਵਾਹ ਹੀ ਨਹੀਂ, ਕੋਈ ਲਗਾਮ ਹੀ ਨਹੀਂ, ਕੋਈ ਕੁੰਡੇ ਹੀ ਨਹੀਂ, ਕਿਉਂਕਿ ਤੁਸੀਂ ਦੇਖੋਗੇ ਕਿ ਅਕਾਲ ਤਖਤ ਸਾਹਿਬ ਸਾਡੇ ਜਿਹੜੇ ਹੈਗੇ ਆ ਉਹ ਸ਼ਕਤੀ ਦਾ ਪ੍ਰਤੀਕ ਆ, ਅਤੇ ਜਿਹੜੇ ਹਰਿਮੰਦਰ ਸਾਹਿਬ ਆ, ਹਰਿਮੰਦਰ ਸਾਹਿਬ ਦੇ ਨਾਲੋਂ ਉਹ ਜਿਹੜਾ ਹੈਗਾ ਜਗ੍ਹਾ ਨੀਵੀਂ ਆ। ਸੋ ਇਸ ਵਾਸਤੇ ਵੀ ਜਿਹੜਾ ਧਰਮ ਜਿਹੜਾ ਹੈਗਾ ਵਾ ਸਾਡਾ ਉਹ ਉੱਪਰ ਹੋਵੇ ਅਤੇ ਜਿਹੜਾ ਜਿਹੜਾ ਰਾਜਨੀਤੀ ਹੈ ਥੱਲੇ ਹੋਵੇ। ਜੇ ਉੱਤੇ ਧਰਮ ਦਾ ਪ੍ਰਭਾਵ ਹੋਊਗਾ ਤਾਂ ਰਾਜਨੀਤੀ ਪਵਿੱਤਰ ਹੋਊਗੀ, ਅਤੇ ਜਦੋਂ ਰਾਜਨੀਤੀ ਜਿਹੜੀ ਹੈਗੀ ਆ ਧਰਮ 'ਤੇ ਹਾਵੀ ਹੋ ਜਾਂਦੀ ਹੈ ਤਾਂ ਫਿਰ ਉਹ ਜਿਹੜੀ ਧਰਮ ਦੇ ਵਿੱਚ ਵੀ ਉਹ ਜਿਹੜੀਆਂ ਕਦਰਾਂ ਕੀਮਤਾਂ ਉਹ ਚਲੇ ਜਾਂਦੀਆਂ। ਸੋ ਇਹੀ ਪ੍ਰੋਬਲਮ ਆ। ਮੈਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਪੁੱਛਣਾ ਚਾਹੁੰਦਾ, ਜਿਵੇਂ ਕਿਹਾ ਜਾਂਦਾ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸਿੱਖਾਂ ਕੋਲ ਵੀ ਰਾਜਨੀਤੀ ਰਹੀ, ਸਿੱਖ ਰਾਜਨੀਤੀ ਵੀ ਪੰਜਾਬ ਦੇ ਅੰਦਰ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਰਾਜਨੀਤੀ ਹੋਈ ਹੈਗੀ, ਤੁਹਾਨੂੰ ਲੱਗਦਾ ਹੈਗਾ ਕਿ ਇਹ ਰਾਜਨੀਤੀ ਜਿਹੜੇ ਜਿਹੜੀਆਂ ਵੀ ਧਰਾਵਾਂ ਕਰਦੇ ਨੇ, ਜਿਹੜੇ ਜਿਹੜੇ ਵੀ ਲੋਕ ਕਰਦੇ ਰਹੇ, ਕਿਤੇ ਉਹਨਾਂ ਨੇ ਮੰਨੀ ਉਹ ਗੱਲ ਜੋ ਗੁਰੂ ਸਾਹਿਬ ਨੇ ਕਹੀ?
ਇਉਂ ਆ ਨਾ ਕਿ ਜਿਹੜੇ ਜਿੱਥੋਂ ਤੱਕਰ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਪੂਲਾ ਸਿੰਘ ਜੀ ਜਿੰਨੇ ਵੀ ਹੈਗੇ ਆ ਉਹ ਜਿਹੜੇ ਸੀਗੇ ਰਾਜਿਆਂ ਦੀ ਮਦਦ ਕਰਦੇ ਸੀ, ਆਪ ਉਹ ਨਿਰਪੱਖ ਹੋ ਕੇ ਜੇ ਲੜਾਈਆਂ ਦੇ ਵਿੱਚ ਵੀ ਖੁਦ ਜਿਹੜੇ ਹੈਗੇ ਆ ਉਹ ਜਾ ਕੇ ਲੜਦੇ ਰਹੇ, ਪਰ ਉਹਨਾਂ ਨੇ ਅਕਾਲ ਤਖ਼ਤ ਜਿਹੜਾ ਹੈਗਾ ਉਹਦੀ ਹਸਤੀ ਉੱਪਰ ਉੱਚਦਾ ਪੈਰ ਸੀ, ਰਾਜਨੀਤੀ ਜਿਹੜੀ ਸੀਗੀ ਉਹ ਥੱਲੇ ਸੀਗੀ। ਸੋ ਇਸ ਵਾਸਤੇ ਜਿਹੜੀ ਹੈਗੀ ਆ ਜਿੰਨੇ ਉਹ ਹੁਕਮ ਜਿਹੜੇ ਰਾਜੇ ਆ ਉਹ ਅਕਾਲ ਤਖ਼ਤ ਸਾਹਿਬ ਦਾ ਮੰਨਦੇ ਸੀ। ਹੁਣ ਕੀ ਹੋ ਰਿਹਾ? ਹੁਣ ਉਹ ਜਿਹੜੀ ਚੀਜ਼ ਉਹ ਨਹੀਂ ਹੋ ਰਹੀ, ਕਿਉਂਕਿ ਜਿਹੜੀ ਹੁਣ ਸੱਤਾ ਵਾ ਉਸ ਵੇਲੇ ਸੀਗੀ ਇੱਕ ਜਥੇਦਾਰ ਦੇ ਹੱਥ ਵਿੱਚ, ਹੁਣ ਜਿਹੜੀ ਹੈਗੀ ਆ ਜਿਹੜੀ ਰਾਜਨੀਤੀ ਦੇ ਵਿੱਚ ਜਿਹੜੀ ਹੁਣ ਸਾਡੀ ਚੋਣ ਹੋ ਰਹੀ ਹੈ ਹੁਣ ਇਹਨੂੰ ਜਥੇਦਾਰਾਂ ਦੇ ਹੱਥ ਨਹੀਂ, ਇਹ ਲੋਕਾਂ ਦੇ ਹੱਥ ਵਿੱਚ ਆ, ਸਮਾਜ ਦੇ ਹੱਥ ਆ। ਉਹ ਕਿਹਨੂੰ ਤਾਕਤ ਦਿੰਦੇ ਆ, ਕਿਹਨੂੰ ਅੱਗੇ ਕਰਦੇ ਆ? ਅੱਜ ਬਹੁਤ ਵੱਡੀ ਲੋੜ ਆ ਕਿ ਜਿਹੜੀ ਸਾਡੇ ਕਿਉਂਕਿ ਉਸ ਵੇਲੇ ਜਿਸ ਵੇਲੇ ਜਿਹਨੂੰ ਆਪਾਂ ਕਹਿੰਦੇ ਤਾਨਾ ਸਾਹੀ ਆ ਉਹ ਤਾਂ ਜੋ ਵੀ ਹੈਗਾ ਉਹਦਾ ਹੁਕਮ ਸੀ, ਪਰ ਹੁਣ ਜਿਹੜਾ ਹੈਗਾ ਲੋਕਤੰਤਰ ਸਾਡੇ ਮੁਲਕ ਵਿੱਚ ਆਇਆ 1947 ਤੋਂ ਮਗਰੋਂ ਸਾਨੂੰ ਵੋਟ ਦਾ ਅਧਿਕਾਰ ਮਿਲਿਆ, ਹੁਣ ਅਸੀਂ ਆਪਣਾ ਰਾਜਾ ਆਪ ਚੁਣਦੇ ਹਾਂ। ਸਾਨੂੰ ਇਹ ਪੋਲੀਟੀਕਲ ਸਮਝ ਹਰ ਧਾਰਮਿਕ ਬੰਦੇ ਨੂੰ ਹੋਣੀ ਚਾਹੀਦੀ ਹੈ, ਕਿਉਂਕਿ ਹਰ ਬੰਦਾ ਜਿਹੜਾ ਵੋਟ ਪਾਉਂਦਾ ਉਹ ਰਾਜਨੀਤਿਕ ਹੈ, ਕਿਉਂਕਿ ਉਹ ਆਪਣਾ MLA ਚੁਣਦਾ, ਆਪਣਾ ਮੁੱਖ ਮੰਤਰੀ ਚੁਣਦਾ, ਆਪਣਾ MP ਚੁਣਦਾ, ਆਪਣਾ ਪ੍ਰਧਾਨ ਮੰਤਰੀ ਚੁਣਦਾ। ਸੋ ਪ੍ਰੋਬਲਮ ਇੱਥੇ ਇਹੀ ਆਈ ਹੈ ਕਿ ਜਦੋਂ ਅਸੀਂ ਚੁਣਦੇ ਹਾਂ ਕਿ ਇੱਥੇ ਵੋਟਾਂ ਗਿਣੀਆਂ ਜਾਂਦੀਆਂ, ਨਾ ਕਿ ਜਿਹੜੀ ਹੈਗੀ ਹੈ ਸਿਆਣਪ ਗਿਣੀ ਜਾਂਦੀ ਹੈ ਵੀ ਸਿਆਣੇ ਦੀ ਵੀ ਵੋਟ ਉਹਨੇ ਦੀ ਆ, ਕਮਲੇ ਦੀ ਵੀ ਉਹਨੇ ਦੀ ਥਾਂ ਵੋਟ ਪੈਂਦੀ ਆ। ਇਸੇ ਕਰਕੇ ਹੁਣ ਤੱਕਰ ਅਸੀਂ ਵੀ ਇਹ ਗੱਲ ਨੂੰ ਮੰਨਦੇ ਆਏ ਸੀ ਵੀ ਲੋਕ ਇਲੈਕਸ਼ਨ ਦੇ ਟਾਈਮ ਦੇ ਵਿੱਚ ਵੋਟਾਂ ਪੈਸੇ ਦੇ ਕੇ ਪਾ ਦਿੰਦੇ ਆ ਜਾਂ ਨਸ਼ਿਆਂ ਨਾਲ ਜਾਂ ਦਬਾਅ ਪ੍ਰਭਾਵ ਨਾਲ, ਇਸ ਕਰਕੇ ਜਿਹੜਾ ਹੈਗਾ ਸਾਡੇ ਸਮਾਜ ਦਾ ਸਰਦਾਰ ਨਹੀਂ ਹੋ ਰਿਹਾ, ਕਿਉਂਕਿ ਅਸੀਂ ਲੰਬੇ ਸਮੇਂ ਤੋਂ ਲੱਗੇ ਹੋਏ ਹਾਂ। ਪਰ ਅਸੀਂ ਹੁਣ ਜੋ ਅਨੈਲਿਸਿਸ ਆਪਣੇ ਆਪ ਵਿੱਚ ਦੇਖਿਆ ਕੀਤਾ, ਅਸੀਂ ਕਹਿੰਦੇ ਕਿ ਜਿਹੜੀਆਂ 50% ਤਾਂ ਸਾਡੀਆਂ ਬੀਬੀਆਂ ਉਹ ਕੋਈ ਸ਼ਰਾਬ ਲੈ ਕੇ ਵੋਟਾਂ ਤਾਂ ਪਾਉਂਦੀਆਂ ਨਹੀਂ, ਨਾ ਉਹ ਪੈਸੇ ਲੈ ਕੇ ਪਾਉਂਦੀਆਂ, 50 ਤੋਂ ਕੱਢਦੀ ਹੈ। ਫਿਰ ਅਸੀਂ ਕਹਿੰਦੇ ਤੁਹਾਡੇ ਵਰਗੇ ਪੱਤਰਕਾਰ ਹੋਰ ਹਜ਼ਾਰਾਂ IAS PCS ਅਧਿਕਾਰੀ ਡਾਕਟਰ ਟੀਚਰ ਹੋਰ ਸਮਾਜ ਦਾ ਸਾਹਿਤਕਾਰ ਵਰਗ ਕਿੰਨਾ, ਕੋਈ ਅਸੀਂ ਨਹੀਂ ਕਹਿੰਦੇ ਕੋਈ ਪੈਸੇ ਲੈ ਕੇ ਵੋਟ ਪਾਉਂਦੇ ਹੋਣਗੇ, ਪਰ ਜਾਂ ਸ਼ਰਾਬ ਨਸ਼ੇ 'ਤੇ ਪਾਉਂਦੇ ਹੋਣਗੇ ਜਾਂ ਕਿਸੇ ਦੇ ਦਬਾਅ ਹੇਠਾਂ। ਅਫਸੋਸ ਇਸ ਗੱਲ ਦਾ ਵੀ ਅਸੀਂ 15-20% ਬੰਦੇ ਉਹ ਕੱਢ ਸਕਦੇ ਹਾਂ ਜਿਹਨਾਂ ਸਮਾਜ ਦੇ ਵਿੱਚ ਜਿਹਨਾਂ ਨੂੰ ਖਰੀਦਿਆ ਜਾ ਸਕਦਾ, ਜੋ ਕੁਛ ਜਿਹਨਾਂ ਨੂੰ ਆਪਾਂ ਜਿਹਨਾਂ 'ਤੇ ਕਹਿ ਦਿੰਦੇ ਵੀ ਇਹਨਾਂ ਨੇ ਖਰੀ ਸਰਕਾਰ ਬਣਾਈ ਹੈ, ਨਹੀਂ ਅਸੀਂ ਇਹ ਮੰਨਦੇ ਹਾਂ ਕਿ ਸਰਕਾਰ ਬਣਾਉਣ ਵਿੱਚ ਸਾਡੇ ਜਿਹੜੇ 80% ਪੜ੍ਹੇ ਲਿਖਿਆ ਲੋਕ ਵਰਗ ਆ, ਸਮਾਜ ਦਾ ਸਮਝਦਾਰ ਵਰਗ ਆ, ਉਹ ਬਣਾਉਂਦਾ। ਪਰ ਉਹ ਹਮੇਸ਼ਾ ਜਿਹੜੇ ਹੈਗੇ ਪੈਸੇ ਵਾਲੇ ਜਿਹਨੂੰ ਲੋੜ ਆ ਪੈਸੇ ਮੰਗ ਲੈਂਦੇ, ਪੋਲੀਟੀਕਲ ਪਾਰਟੀਆਂ ਪੈਸੇ ਦੇ ਦਿੰਦੀਆਂ, ਜਿਹੜੇ ਸ਼ਰਾਬ ਮੰਗ ਲੈਂਦੇ ਉਹਨਾਂ ਨੂੰ ਸ਼ਰਾਬ ਦਿੰਦੇ, ਪਰ ਜਿਹੜੇ ਕੁਛ ਵੀ ਨਹੀਂ ਲੈਂਦੇ ਉਹ ਕੁਛ ਮੰਗਦੇ ਹੀ ਨਹੀਂ। ਘੱਟੋ ਘੱਟ ਸਾਨੂੰ ਜਿਉਣ ਦਾ ਹੱਕ ਤਾਂ ਮੰਗ ਲਈਏ, ਸਾਡਾ ਹਵਾ ਪਾਣੀ ਧਰਤੀ ਘੱਟੋ ਘੱਟ ਸਾਨੂੰ ਇਹ ਤਾਂ ਦਿਓ, ਅਸੀਂ ਕੁਛ ਨਹੀਂ ਮੰਗਦੇ, ਕਿਉਂਕਿ ਅਸੀਂ ਵੋਟ ਪਾ ਦਿੰਦੇ, ਵੋਟ ਤੁਸੀਂ ਵੀ ਪਰ ਪਾਉਂਦੇ ਹਾਂ। ਤੁਸੀਂ ਕਦੇ ਮੰਗਿਆ? ਨਹੀਂ ਮੰਗਿਆ, ਅਸੀਂ ਵੀ ਨਹੀਂ ਮੰਗਿਆ। ਅਸੀਂ ਤਾਂ ਕਾਫੀ ਸਾਰੇ ਤੋਂ ਰੌਲਾ ਪਾਉਂਦੇ ਹਾਂ, ਗੱਲ ਕਰਦੇ ਹਾਂ। ਅਸੀਂ ਥੋੜ੍ਹੇ ਦਿਨ ਹੋਏ ਅਸੀਂ ਉੱਥੇ ਜਾ ਕੇ ਆਏ, ਜਿੱਥੇ ਮਸ਼ਹੂਰੀ ਜਿੱਥੇ IAS PCS ਅਧਿਕਾਰੀ ਜਿਹੜਾ ਹੈਗਾ ਉੱਥੇ ਸਾਨੂੰ ਵੀ ਬੁਲਾਇਆ, ਅਸੀਂ ਲੈਕਚਰ ਉਹਨਾਂ ਨੂੰ ਦੇਣਾ ਸੀ, ਅਤੇ ਅਸੀਂ ਉੱਥੇ 250-250 ਦਾ 450 ਦਾ ਬੈਚ ਸੀਗਾ, 250-250 ਜਿਹੜਾ ਹੈਗਾ ਉਹ ਇੱਕ ਇੱਕ ਵਾਰੀ ਉਹਨਾਂ ਨੂੰ ਅਸੀਂ ਬੋਲਿਆ, ਅਸੀਂ ਪੁੱਛਿਆ ਅਸੀਂ ਕਿਹਾ ਵੀ ਤੁਸੀਂ ਵੋਟ ਸਾਰੇ ਪਾਉਂਦੇ ਹੋ? ਕਹਿੰਦੇ ਪਾਉਂਦੇ ਹਾਂ। ਅਸੀਂ ਕਿਹਾ ਵੀ ਕਦੇ ਤੁਸੀਂ ਇਨਵਾਇਰਮੈਂਟ ਦਾ ਦੇ ਬਾਰੇ ਗੱਲ ਕੀਤੀ ਜਿਹਨੂੰ ਵੋਟ ਪਾਉਂਦੇ ਹਾਂ? ਕਦੇ ਨਹੀਂ। ਸੋ ਇਹੀ ਕਾਰਨ ਹੈ ਕਿ ਤੁਹਾਡੇ ਸਾਹਮਣੇ ਇਹ ਸਮੱਸਿਆ ਆਉਣੀ ਹੈ, ਸਾਡਾ ਇਨਵਾਇਰਮੈਂਟ ਪੋਲਿਊਸ਼ਨ ਆ, ਤੁਸੀਂ ਸਮਾਜ ਵਿੱਚ ਜਾਣਾ, ADC ਬਣਨਾ, DC ਬਣਨਾ, ਤੁਹਾਡੀਆਂ ਸਮੱਸਿਆ ਆਉਣੀ ਹੈ। ਗੱਲ ਤਾਂ ਇਹ ਕਿ ਜਿਹੜਾ ਪੜ੍ਹਿਆ ਲਿਖਿਆ ਵਰਗ ਜਿਹੜਾ ਟਵੀਟ ਇੱਕ ਕਰੇ IAS ਅਧਿਕਾਰੀ ਤਾਂ ਉਹਨੂੰ ਹਜ਼ਾਰਾਂ ਲੋਕ ਫੋਲੋ ਕਰਦੇ ਆ, ਇੱਕ ਪੱਤਰਕਾਰ ਟਵੀਟ ਕਰਦਾ ਉਹਨੂੰ ਹਜ਼ਾਰਾਂ ਲੋਕ ਦੇਖਦੇ ਆ, ਇੱਕ ਡਾਕਟਰ ਟਵੀਟ ਕਰਦਾ ਉਹਨੂੰ ਲੱਖਾਂ ਲੋਕ ਦੇਖਦੇ ਆ। ਸੋ ਇਹ ਜਿਹੜੇ ਪੜ੍ਹੇ ਲਿਖੇ ਲੋਕ ਆ ਇਹ ਸਾਡੇ ਜੇ ਇਹ ਸਮਝ ਕੇ ਵੀ ਅਸੀਂ ਜਿਹੜਾ ਹੈਗਾ ਇਹ ਚੀਜ਼ ਚਾਹੁੰਦੇ ਹਾਂ, ਅਤੇ ਅਸੀਂ ਕਹਿੰਦੇ ਹਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਆਉਣਾ ਪਊਗਾ, ਜੇ ਕਿਉਂਕਿ ਉਹਨੂੰ ਤਾਂ ਵੋਟ ਚਾਹੀਦੀ ਹੈ। ਜੇ 80% ਜਿਹੜਾ ਜਾਗਰੂਕ ਲੋਕ ਆ ਉਹ ਮੰਗਣਗੇ, ਅਸੀਂ ਕਹਿੰਦੇ ਜੇ ਉਹ ਅਨਪੜ੍ਹ ਬੰਦਿਆਂ ਦੀ ਮੰਗ ਪੂਰੀ ਕਰਦੇ ਆ ਤਾਂ ਤੁਹਾਡੀ ਕਿਉਂ ਨਹੀਂ ਪੂਰੀ ਕਰਨਗੇ? ਕਿਉਂਕਿ ਅਸੀਂ ਮੰਗਦੇ ਹੀ ਨਹੀਂ। ਇੱਕ ਚਰਚਾ ਇਹ ਚੱਲੀ ਕਿ ਸੰਤ ਸੀਚੇਵਾਲ ਵੀ ਰਾਜਨੀਤੀ 'ਚ ਆਉਣਗੇ, ਖਬਰਾਂ ਵੀ ਛਪ ਗਈਆਂ ਚੱਲ ਗਈਆਂ, ਆਮ ਆਦਮੀ ਪਾਰਟੀ ਦਾ ਚਿਹਰਾ ਹੋ ਸਕਦੇ ਨੇ। ਕਹਿੰਦੇ ਸੋਚਿਆ ਜ਼ਿੰਦਗੀ ਕਿ ਸੀਚੇਵਾਲ ਰਾਜਨੀਤੀ 'ਚ ਆਉਣਗੇ ਜਾਂ ਇਹ ਗੱਲ ਕਿਉਂ ਚੱਲੀ ਫਿਰ? ਨਹੀਂ ਅਸੀਂ ਨਹੀਂ, ਸਾਡੇ ਕੋਲ ਸਾਰੇ ਆਉਂਦੇ ਨੇ ਅੱਜ, ਐਤਕੀ ਨਹੀਂ ਪਿਛਲੇ ਵਾਰੇ ਵੀ ਬਾਬਾ ਸਾਰੀਆਂ ਪਾਰਟੀਆਂ ਵਾਲੇ, ਪਰ ਸਾਰੀਆਂ ਪਾਰਟੀਆਂ ਵਾਲੇ ਤੁਹਾਨੂੰ ਇਲੈਕਸ਼ਨ ਤੁਹਾਨੂੰ ਵਾਤਾਵਰਣ ਮੰਤਰੀ ਬਣਾ ਦਾਂਗੇ, ਆਹ ਕਰ ਦਾਂਗੇ, ਅਸੀਂ ਕੋ ਭਰਾਵਾ ਸਾਨੂੰ ਤੁਸੀਂ ਜਿਹੜੇ ਲੱਗੇ ਆ ਕਈ ਚੱਕੀ ਆ ਸਾਨੂੰ ਇਹ ਰਹਿਣ ਦਿਓ, ਜਿਹੜਾ ਬਣਦਾ ਪਰ ਸਾਡਾ ਅਸੀਂ ਉਹਦੇ ਕੋਲ ਆਸ਼ਾਵਾਂ ਰੱਖਦੇ ਹਾਂ ਕਿ ਆਹ ਜਿਹੜੇ ਸਮਾਜ ਦੇ ਮੁੱਦੇ, ਕਿਉਂਕਿ ਤੁਹਾਨੂੰ ਲੱਗਦਾ ਬਦਲ ਸਰ ਤੁਸੀਂ ਪੋਲਿਊਸ਼ਨ ਬੋਰਡ 'ਚ ਹੁੰਦੇ ਸੀਗੇ, ਪ੍ਰਦੂਸ਼ਣ ਬੋਰਡ 'ਚ ਦੇ ਮੈਂਬਰ ਰਹੇ ਹੋ, ਹਟਾ ਵੀ ਦਿੱਤੇ ਗਏ, ਫਿਰ ਦੁਬਾਰਾ ਆ ਗਏ, ਅਸੀਂ ਖਬਰਾਂ ਖਬਰਾਂ ਚਲਾਈਆਂ ਤੁਹਾਨੂੰ ਫਿਰ ਇੱਕ ਬਹਾਲ ਕਰਤਾ,
ਤੁਹਾਨੂੰ ਲੱਗਦਾ ਸਿਸਟਮ ਵਿੱਚ ਰਹਿ ਕੇ ਬਦਲਦਾ ਗਾ? ਤੁਸੀਂ ਤਾਂ ਰਹੇ ਹੋ ਵਿੱਚ ਵਿੱਚ ਬਹੁਤ ਕੁਛ ਅਸੀਂ ਜਿਹੜਾ ਹੈਗਾ ਬਾਹਰੋਂ ਰੌਲਾ ਪਾਉਣ ਨੂੰ ਜਿਹੜਾ ਵਿੱਚ ਪੈ ਕੇ ਬਹੁਤ ਕੁਛ, ਕਿਉਂਕਿ ਜਦੋਂ ਨਹੀਂ ਜੇ ਅਸੀਂ ਬਦਲਣਾ ਹੋਵੇ ਤਾਂ ਜੇ ਅਸੀਂ ਉਹਨਾਂ ਨਾਲ ਰਲ ਜਾਈਏ ਫਿਰ ਨਹੀਂ, ਕਿਉਂਕਿ ਜਿਹੜਾ ਹੁੰਦਾ ਬਹੁਤੀ ਗਲਤ ਹੈ ਜਿਹੜੀ ਕਿਸੇ ਨੂੰ ਅਹੁਦਾ ਦੇਣਾ ਹੁੰਦਾ ਉਹਨੂੰ ਮਤਲਬ ਨਾਲ ਬਿਠਾਉਣਾ ਹੁੰਦਾ, ਕਿਉਂਕਿ ਜਿਹੜਾ ਸਾਡਾ ਸਿਸਟਮ ਆ ਬੋਲਣ ਤੋਂ ਬੰਦ ਕਰਦਾ। ਅਸੀਂ ਜਦੋਂ ਤੋਂ ਬੈਠੇ ਉੱਥੇ ਅਸੀਂ ਉਹ ਚੀਜ਼ ਨੂੰ, ਕਿਉਂਕਿ ਇੱਕ ਚੇਅਰਮੈਨ ਬੈਠਾ ਉਹਦੇ ਨਾਲ, ਅਸੀਂ ਪਤਾ ਚੇਅਰਮੈਨ ਨੂੰ ਵੀ ਜੇ ਅਸੀਂ ਗਲਤ ਕਰਾਂਗੇ ਤਾਂ ਬਾਬਾ ਜੀ ਨੇ ਉਦੋਂ ਹੀ ਬੋਲ ਪੈਣਾ, ਇਹਨਾਂ ਨੂੰ ਕੋਈ ਦਬਾਅ ਨਹੀਂ। ਬਹੁਤ ਕੁਛ ਅਸੀਂ, ਪਰ ਫਿਰ ਵੀ ਜਿਹੜਾ ਹੈਗਾ ਵਾ ਸਾਡਾ ਪੋਲੂਟਨ ਕੰਟਰੋਲ ਬੋਰਡ ਆਜ਼ਾਦ ਨੀਗਾ, ਉਹ ਪੋਲੀਟੀਕਲ ਪ੍ਰੈਸ਼ਰ ਦੇ ਹੇਠਾਂ ਵਾ, ਉਹ ਵੱਡਿਆਂ ਲੋਕਾਂ ਦੇ ਪ੍ਰੈਸ਼ਰ ਦੇ ਹੇਠਾਂ, ਕਿਉਂਕਿ ਉਹਨਾਂ ਉਹ ਆਜ਼ਾਦ ਅਦਾਰਾ ਨਹੀਂ। ਜੇ ਉਹ ਆਜ਼ਾਦ ਹੋਵੇ, ਜੇ ਉਹਨਾਂ ਨੂੰ ਪਤਾ ਹੋਵੇ ਵੀ ਅਸੀਂ ਕਰ ਸਕਦੇ ਹਾਂ, ਨਹੀਂ ਉਹਨਾਂ ਉੱਤੇ ਇਹੋ ਜਿਹਾ ਪ੍ਰੈਸ਼ਰ ਆ ਸਾਰੇ ਅਧਿਕਾਰੀਆਂ 'ਤੇ, ਉਹਨਾਂ ਨੂੰ ਮੰਨਣੀ ਪੈਂਦੀ ਹੈ, ਭਾਵੇਂ ਕਿ ਸਾਨੂੰ ਵੀ ਪਤਾ ਹੁੰਦਾ ਵਾ ਕਿ ਇਹ ਸਾਰਾ ਕੁਛ ਗਲਤ ਹੋ ਰਿਹਾ, ਪਰ ਅਸੀਂ ਉਸੇ ਚੀਜ਼ ਤੋਂ ਹੀ ਜਿਹੜਾ ਹੈਗਾ ਫਿਰ ਕੋਰਟ ਦੇ ਵਿੱਚ ਗਿਆ, ਕਿਉਂਕਿ ਸਾਨੂੰ ਸਭ ਤੋਂ ਵੱਡਾ ਜਿਹੜੇ ਸਾਡੇ ਮੌਲਿਕ ਅਧਿਕਾਰ ਸਾਨੂੰ ਦੱਸ ਦਿੱਤੇ ਆ, ਉਹਦੇ ਵਿੱਚ ਇੱਕ ਰਾਈਟ ਟੂ ਲਿਵ, ਜਿਉਣ ਦਾ ਹੱਕ ਆ, ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖੁਰਾਕ ਆ। ਹੁਣ ਉਹ ਇੱਕ ਕੇਸ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਤੋਂ ਉਹਨਾਂ ਨੇ ਜਿਹੜਾ ਭੇਜਿਆ, ਜਿਹੜਾ ਕੇਸ ਸੀਗਾ ਉਹਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਭੇਜਿਆ ਵੀ ਇਹ ਜਿਹੜਾ ਜਿਉਣ ਦਾ ਹੱਕ ਆ ਇਹ ਸਾਰਿਆਂ ਨੂੰ ਦਿੱਤਾ ਜਾਵੇ। ਉਹਦੇ ਵਿੱਚ ਫਿਰ ਜਿਹੜੇ ਹੈਗੇ ਇੱਕ ਨਿਗਰਾਨ ਕਮੇਟੀ ਬਣੀ 1974 ਦਾ ਐਕਟ ਲਾਗੂ ਕਰਾਉਣ ਵਾਸਤੇ। 1974 ਦੇ ਐਕਟ ਅਨੁਸਾਰ ਜੇ ਕਿਸੇ ਨੈਚੁਰਲ ਸੋਰਸ 'ਚ ਅਸੀਂ ਥੁੱਕ ਵੀ ਨਹੀਂ ਸਕਦੇ ਅਤੇ ਜਿਹੜਾ ਜੋ ਕੁਛ ਹਾਲ ਹੋਇਆ ਇਹ ਸਾਰੇ ਦੇਖਦੇ ਹਾਂ, ਫਿਰ ਉਹਦੇ ਵਿੱਚ ਅਸੀਂ ਜਿਹੜੀ ਹੈਗੀ ਆ ਲਗਾਤਾਰ ਜਿਹੜੀ ਹੈਗੀ ਆਪਣੇ ਯਤਨ ਕੀਤੇ ਅੰਦਰ ਰਹਿ ਕੇ ਉਹ ਕਮੇਟੀ ਦੇ ਵਿੱਚ। ਪਹਿਲੀ ਇੱਕ ਰਿਪੋਰਟ ਅਸੀਂ ਜਿਹੜੀ ਸੀਗੀ ਆਜ਼ਾਦ ਤੌਰ 'ਤੇ ਬਣਾ ਦਿੱਤੀ, 50 ਕਰੋੜ ਰੁਪਈਆ ਸਰਕਾਰ ਨੂੰ ਜੁਰਮਾਨਾ ਹੋਇਆ, ਅਤੇ ਜਿਹੜੀ ਦੂਸਰੀ ਰਿਪੋਰਟ ਬਣਾਉਣੀ ਸੀਗੀ ਫਿਰ ਉਹ ਸਾਰੇ ਪ੍ਰੈਸ਼ਰ ਉਹਨਾਂ ਅਧਿਕਾਰੀਆਂ 'ਤੇ ਪੈ ਗਿਆ। ਉਹਨਾਂ ਨੇ ਸਾਡੇ ਕਹਿੰਦੇ ਜੀ ਦਸਖਤ ਕਰ ਦਿਓ, ਰਿਪੋਰਟ ਬਣ ਗਈ। ਅਸੀਂ ਦਸਖਤ ਵੀ ਕਰ ਦਿੱਤੇ, ਅਸੀਂ ਦਿੱਲੀ ਨੂੰ ਚੱਲੇ ਸੀਗੇ, ਆਪਣੇ ਇੰਟਰਨੈਸ਼ਨਲ ਇੱਕ ਕਾਨਫਰੰਸ ਸੀ, ਪਰ ਉਸ ਮਗਰੋਂ ਸਾਨੂੰ ਪਤਾ ਲੱਗਿਆ ਕਿ ਦਸਖਤ ਕਰਾ ਲਏ, ਸਾਨੂੰ ਤਾਂ ਰਿਪੋਰਟ ਹੀ ਨਹੀਂ ਦਿੱਤੀ। ਅਸੀਂ ਇੱਕ ਈਮੇਲ ਕੀਤੀ ਵੀ ਤੁਸੀਂ ਸਾਡੇ ਕੋਲ ਦਸਖਤ ਕਰਾ ਲਿਆ ਪਰ ਰਿਪੋਰਟ ਦਿਖਾਲੀ ਨਹੀਂ। ਉਹਨਾਂ ਨੂੰ ਲੱਗਾ ਵੀ ਬਾਬਾ ਜੀ ਇਹ ਕੋਈ ਸਾਨੂੰ ਘੇਰ ਲੱਗੇ ਆ, ਫਿਰ ਉਹਨਾਂ ਨੇ ਰਿਪੋਰਟ ਵੀ ਭੇਜ ਦਿੱਤੀ। ਫਿਰ ਅਸੀਂ ਪਤਾ ਕੀਤਾ ਵੀ ਕੋਰਟ ਵਿੱਚ ਤਰੀਕ ਕਿੱਦਣ ਆ, ਜਿੱਦਣ ਤਰੀਕ ਸੀਗੀ ਫਿਰ ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਚਲੇ ਗਏ। ਅਸੀਂ ਜਾ ਕੇ ਪਹਿਲੀ ਵਾਰੀ ਅਸੀਂ ਕੋਰਟ 'ਚ ਗਏ ਅਤੇ ਜਾ ਕੇ ਅਸੀਂ ਪਿੱਛੇ ਬਹਿ ਗਏ ਅਤੇ ਜਿਹੜੇ ਜਦੋਂ ਛੁਡਵਾਈ ਹੋਈ ਜੱਜ ਸਾਹਿਬ ਕਹਿੰਦੇ ਬਾਬਾ ਜੀ ਤੁਸੀਂ ਕਿਵੇਂ ਆਏ ਹੋ, ਵੀ ਤੁਸੀਂ ਕੇਸ ਸੁਣਨਾ ਚਾਹੁੰਦੇ ਆ ਜਾਂ ਕੁਛ ਕਹਿਣਾ ਚਾਹੁੰਦੇ ਆ, ਅਤੇ ਉਹਨਾਂ ਉਸ ਜੱਜ ਸਾਹਿਬ ਨੇ ਸਾਨੂੰ ਬਣਾਇਆ ਸੀ, ਇਹਦੇ ਵਿੱਚ ਕਮੇਟੀ ਵਿੱਚ ਰੱਖਿਆ ਸੀ। ਅਸੀਂ ਜਾ ਕੇ ਉੱਥੇ ਖੜ੍ਹ ਗਏ ਅਤੇ ਅਸੀਂ ਬੋਲਣ ਲੱਗ ਪਏ, ਅਸੀਂ ਕਿਹਾ ਵੀ ਆ ਜਿਹੜੀ ਬੁੱਢਾ ਨਾਲਾ 1985 ਤਿਕਰੇ ਦਾ ਆਹ ਹੋ ਰਿਹਾ, ਇਹ ਹਾਲਾਤ ਆ ਸਾਰੇ ਅਸੀਂ ਦੱਸਿਆ ਕਿ ਜਿਹੜੀਆਂ ਜਿਨ੍ਹਾਂ ਨੂੰ ਤੁਸੀਂ ਰਿਪੋਰਟ ਬਣਾਉਣ ਨੂੰ ਘੱਲਿਆ, ਇੱਕ ਜਿਹੜੀ ਹੈਗੀ ਆ ਲੋਕਲ ਬੋਡੀ ਇਹਦਾ ਬੰਦਾ ਵਾ, ਇਹ ਤਾਂ ਗੰਦ ਪਾਉਂਦੇ ਆ, ਦੂਸਰਾ ਪੋਲਿਊਸ਼ਨ ਕੰਟਰੋਲ ਬੋਰਡ ਆ ਜਿਹਨੇ ਰੋਕਣਾ ਸੀ ਇਹਨਾਂ ਨੇ ਹੁਣ ਤੱਕ ਨਹੀਂ ਰੋਕਿਆ, ਦੋਨੋਂ ਤੋਂ ਗੁਨਾਹਗਾਰ ਆ। ਦੱਸੋ ਇਹ ਕਿਹੜਾ ਇਹੋ ਜਿਹਾ ਮਹਿਕਮਾ ਵਾ ਜਿਹੜਾ ਕਹਿ ਦੇਣਗੇ ਲਓ ਜੀ ਅਸੀਂ ਫਾਂਸੀ ਜਿਹੜੀ ਆ ਲਾ ਤੀ, ਹੁਣ ਸਾਨੂੰ ਰੱਸਾ ਕੱਸ ਦਿਓ। ਕਹਿੰਦੇ ਫਿਰ ਉਹਨਾਂ ਨੇ ਸੁਣਿਆ, ਪਹਿਲਾਂ ਤਾਂ ਖੜ੍ਹ ਕੇ ਸੀ, ਫਿਰ ਕਹਿੰਦੇ ਬਾਬਾ ਜੀ ਕੁਰਸੀ ਲਾ ਲਓ ਅਤੇ ਦੱਸੋ ਸਾਰੀ ਗੱਲ ਅਸੀਂ ਸੁਣਿਆ, ਫਿਰ ਕਹਿੰਦੇ ਬਾਬਾ ਜੀ ਕਿਸੇ ਜੱਜ ਦਾ ਨਾਂ ਲਓ, ਅਸੀਂ ਕਿਹਾ ਵੀ ਜੱਜਾਂ ਬਾਰੇ ਤਾਂ ਸਾਨੂੰ ਨਹੀਂ ਪਤਾ ਹੈ ਤਾਂ ਤੁਸੀਂ, ਫਿਰ ਅਸੀਂ ਇੱਕ ਜੱਜ ਦਾ ਨਾਂ ਵੀ ਲਿਆ ਅਤੇ ਉਹ ਕਹਿੰਦੇ ਬਾਬਾ ਜੀ ਨਾਂ ਤੁਸੀਂ ਬਹੁਤ ਵਧੀਆ ਬੰਦੇ ਦਾ ਲਿਆ, ਪਰ ਉਹ ਇਸ ਵੇਲੇ ਕਿਸੇ ਹੋਰ ਜਿਹੜਾ ਹੈਗਾ ਕਮੇਟੀ ਦੇ ਵਿੱਚ ਆ, ਉਹ ਮਈ ਤੀਕਰ ਉਹਨਾਂ ਉਹ ਕਰ ਨਹੀਂ ਸਕਦੇ। ਫਿਰ ਉਹਨਾਂ ਨੇ ਜੱਜ ਸਾਹਿਬ ਜਿਹੜੇ ਹੈਗੇ ਪ੍ਰੀਤਮਪਾਲ ਜੀ ਉਹਨਾਂ ਦੀ ਡਿਊਟੀ ਲਾਈ, ਉਸ ਤੋਂ ਮਗਰੋਂ ਜਸਟਿਸ ਜਸਵੀਰ ਸਿੰਘ ਜੀ, ਫਿਰ ਅਸੀਂ ਜਿਹੜਾ ਹੈਗਾ ਉਹਦੇ ਨਾਲ ਕਾਫੀ ਕੰਮ ਹੋਇਆ। ਇਨਵਾਇਰਮੈਂਟ ਡਿਸਟ੍ਰਿਕਟ ਪਲਾਨ ਪਹਿਲੀ ਵਾਰੀ ਜਿਹੜਾ ਹੈਗਾ ਸਟੇਟ 'ਚ ਬਣਿਆ, ਹਰ ਜ਼ਿਲ੍ਹੇ ਦਾ ਬਣ ਗਿਆ। ਹੁਣ ਇਹਦੀ ਤਰੀਕ 11 ਤਰੀਕ ਫਿਰ ਸੁਣਵਾਈ ਹੈ। ਪਰ ਮੈਂ ਪੁੱਛ ਰਿਹਾ ਹੈਗਾ ਕੀ ਚੋਣਾਂ 'ਚ ਜਦੋਂ ਬਹੁਤ ਸਾਰੇ ਲੋਕ ਕੋਸ਼ਿਸ਼ ਕਰਦੇ ਆ ਕਿ ਜੂਝਦਾ ਪੰਜਾਬ ਜਥੇਬੰਦੀ ਆਈ, ਪਿੰਡ ਬਚਾਓ ਲਹਿਰ ਸੀ, ਬਹੁਤ ਸਾਰੀਆਂ ਲਹਿਰਾਂ, ਬਹੁਤ ਸਾਰੇ ਲੋਕਾਂ ਨੇ ਕੋਈ ਤੁਸੀਂ ਵੀ ਆਹ ਇਸ਼ੂ ਪੰਜਾਬ ਦੇ ਸੈਂਟਰ ਸਟੇਜ 'ਤੇ ਆਉਣ, ਅਗਰ ਪੰਜਾਬ ਦੇ ਮਸਲੇ ਹੱਲ ਹੋ ਜਾਣ, ਪਾਣੀ ਦਾ ਮਸਲਾ, ਮਿੱਟੀ ਦਾ ਮਸਲਾ, ਪ੍ਰਦੂਸ਼ਣ ਦਾ ਮਸਲਾ, ਕਿਉਂ ਨਹੀਂ ਆਉਂਦੇ? ਫਿਰ ਤੁਹਾਨੂੰ ਲੱਗਦਾ ਕਦੇ ਆ ਸਕਦੇ ਇਹ ਆਉਣਗੇ? ਕਦੇ ਇਸ਼ੂ ਇਸ ਤਰ੍ਹਾਂ ਦੇ ਬਣ ਸਕਦੇ? ਜਿਵੇਂ ਕਿਸਾਨ ਅੰਦੋਲਨ ਦੇ ਟਾਈਮ ਕਿਸਾਨੀ ਦਾ ਮਸਲਾ, ਹੁਣ ਪੰਜਾਬ ਦੀਆਂ ਚੋਣਾਂ ਦਾ ਮੇਨ ਮਸਲਾ, ਹਰ ਬੰਦਾ ਜਿਹੜਾ ਸਟੇਜ 'ਤੇ ਚੜ੍ਹਦਾ ਉਹਨੂੰ ਕਿਸਾਨਾਂ ਦੀ ਗੱਲ ਕਰਨੀ ਪੈ ਰਹੀ ਹੈ। ਕੋਈ ਵੀ ਚੀਜ਼ ਆ, ਕਿਉਂਕਿ ਇੱਕ ਬੰਦਾ ਜਾਗਦਾ, ਫਿਰ 10 ਜਾਗਦੇ, ਫਿਰ 1000 ਜਾਗਦਾ, ਲੱਖ ਜਾਗਦਾ। ਅਸੀਂ ਤਕਰੀਬਨ 2008 ਤੋਂ ਚੋਣ ਮੈਨੀਫੈਸਟੋ ਵਿੱਚ ਪਾਉਣ ਦੀ ਗੱਲ ਕਰਦੇ ਹਾਂ, ਇਹਨਾਂ ਕੋਲ ਫਾਰਮ ਵੀ ਭਰਾਏ। ਉਦੋਂ ਅਸੀਂ ਇਲਾਕੇ ਦੇ ਵਿੱਚ ਸਾਡੀ ਗੱਲ ਹੁੰਦੀ ਸੀ, ਚਾਹੇ ਜਲੰਧਰ ਇੱਕ ਕਾਨਫਰੰਸ ਕਰ ਲਈ ਜਾਏ ਇਸ 'ਤੇ। ਐਤਕੀ ਜਿਹੜਾ ਇਹ ਮੁੱਦਾ ਵਾ, ਇਹ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਇਹ ਮੁੱਦਾ ਬਣ ਗਿਆ। ਅਸੀਂ ਲੁਧਿਆਣੇ ਵਿੱਚ ਪ੍ਰੋਗਰਾਮ ਕੀਤਾ, ਫਰੀਦਕੋਟ ਕਰਕੇ ਆਏ, ਆਪਣੇ ਫਿਰ ਮੁਕਤਸਰ ਕਰਕੇ ਆਏ, ਬਠਿੰਡੇ ਕਰਕੇ ਆਏ, ਜਥੇਦਾਰ ਅਕਾਲ ਤਖ਼ਤ ਸਾਹਿਬ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਸਾਡਾ ਘੱਟੋ ਘੱਟ ਅਸੀਂ ਜਿਉਣ ਦਾ ਹੱਕ ਤਾਂ ਮੰਗੀਏ। ਸਾਡਾ ਇਹ ਕਿ ਜਿੰਨਾ ਚਿਰ ਜੋ ਅਸੀਂ ਯਤਨ ਹੁਣ ਤੱਕ ਕੀਤੇ ਆ,
ਜਿੰਨਾ ਚਿਰ ਇਹ ਪੋਲੀਟੀਕਲ ਜਿਹੜੀ ਹੈਗੀ ਹੈ ਵਿਲ ਨਹੀਂ ਬਣਦੀ, ਪੋਲੀਟੀਕਲ ਮੁੱਦਾ ਨਹੀਂ ਬਣਦਾ, ਪੋਲੀਟੀਕਲ ਲੋਕਾਂ ਦੇ ਧਿਆਨ 'ਚ ਨਹੀਂ ਆਉਂਦਾ ਵੀ ਇਹ ਵੀ ਇੱਕ ਮੁੱਦਾ, ਉਨ੍ਹਾਂ ਚਿਰ ਮਸਲਾ ਹੱਲ ਨਹੀਂ ਹੋ ਸਕਦਾ। ਇਹ ਮਸਲਾ ਤਾਂ ਹੀ ਧਿਆਨ ਵਿੱਚ ਆ ਸਕਦਾ ਜੇ ਹੁਣ ਇਲੈਕਸ਼ਨ ਆ ਰਹੀ ਹੈ, ਇਲੈਕਸ਼ਨ ਦਾ ਇੱਕ ਮੁੱਦਾ ਬਣੇ। ਇਹਦੇ ਵਾਸਤੇ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਗ੍ਰੀਨ ਮੈਨੀਫੈਸਟੋ ਬਣਾ ਕੇ ਦਿੱਤਾ, ਜਿਹਦੇ ਵਿੱਚ ਬਾਬਾ ਇਹ ਹਰ ਵਾਰ ਦਿੰਦੇ ਹੋ ਤੁਸੀਂ, ਮੈਂ ਕਹਿ ਰਿਹਾ ਕਿ ਕੋਈ ਚੋਣਾਂ ਨਹੀਂ ਹੋਣਾ ਜੀ ਤੁਸੀਂ ਨਹੀਂ ਦਿੱਤਾ ਹੋਵੇ, ਹਰ ਵਾਰੀ ਅਸੀਂ ਕਰਦੇ। ਫਿਰ ਗੱਲ ਇਹ ਹੈਗਾ ਕਿ ਉਹੀ ਗੱਲ ਵੀ ਪੰਚਾਂ ਦਾ ਕਿਹਾ ਸਿਰ ਮੱਥੇ ਬਰਨਾਲਾ ਉੱਥੇ ਦਾ ਉੱਥੇ, ਹੁਣ ਤਾਂ ਜਿਹੜੇ ਹੈਗੇ ਮੰਨਦੇ ਹੈਗੇ। ਮੈਂ ਪੁੱਛ ਰਿਹਾ ਕੋਈ ਮੰਨੂਗਾ, ਕੋਈ ਮਸਲਾ ਹੱਲ ਹੋਊਗਾ? ਤੁਸੀਂ ਹਰ ਵਾਰ ਦਿੰਦੇ ਹੋ, ਮੰਨਦੇ ਨਹੀਂ। ਉਹ ਕਹਿੰਦਾ ਠੀਕ ਹੈ, ਉਹ ਆਪਦੇ ਕੰਮਾਂ 'ਚ ਲੱਗੇ ਰਹਿੰਦੇ ਆ, ਕੋਈ ਜੰਗਲ ਵੱਢ ਕੇ ਲੈ ਜਾਂਦਾ, ਕੋਈ ਮਾਈਨਿੰਗ ਕਰ ਲੈਂਦਾ, ਕੋਈ ਕੁਛ ਕਰ ਲੈਂਦਾ, ਕੋਈ ਪਾਣੀ ਦਾ, ਤੁਹਾਨੂੰ ਵੀ ਪਤਾ ਸਾਰਾ ਕੁਛ, ਸਾਨੂੰ ਵੀ ਪਤਾ। ਅਸੀਂ 100% ਆਸਵੰਦ ਆ, ਸਾਨੂੰ ਪਤਾ ਵੀ ਅਸੀਂ ਰੌਲਾ ਪਾਉਂਦੇ ਹਾਂ। ਜਿੱਦਣ ਤੁਹਾਡਾ ਮੈਕ ਵੀ ਜਿੱਦਾਂ ਹੁਣ ਸਾਡੇ ਮੂਹਰੇ, ਉਹਨਾਂ ਦੇ ਮੂਹਰੇ, ਹਰ ਮੂਹਰੇ ਜਦੋਂ ਤੁਸੀਂ ਗੱਲ ਕਰੋਗੇ ਇਨਵਾਇਰਮੈਂਟ ਦਾ, ਕਿਉਂਕਿ ਜਿੱਦਣ ਮਹਿਸੂਸ ਕਰਾਂਗੇ ਵੀ ਸਾਹ ਤਾਂ ਮੈਂ ਵੀ ਲੈਣਾ, ਪਾਣੀ ਮੈਂ ਵੀ ਪੀਣਾ, ਮੇਰੇ ਬੱਚਿਆਂ ਦਾ ਵੀ ਭਵਿੱਖ ਆ। ਹੁਣ ਸਾਡੇ ਕੋਲ 17 ਸਾਲ ਦਾ ਪਾਣੀ ਬਚਿਆ, ਇਹ ਕੋਈ ਕਿਸੇ ਦੀ ਜੋਤਸ਼ੀ ਦੀ ਭਵਿੱਖਬਾਣੀ ਨਹੀਂ। ਜਿਹੜੀ ਹੈਗੀ ਹੈ 14 ਤੋਂ ਲੈ ਕੇ 19 ਤੀਕਰ ਜਿਹੜਾ ਸੈਂਟਰ ਵਾਟਰ ਬੋਰਡ ਅਤੇ ਉਹਦੇ ਨਾਲ ਇਜ਼ਰਾਈਲ ਤੋਂ ਜਿਹੜੇ ਮਾਹਰ ਆ, ਉਹਨਾਂ ਨੇ 5 ਸਾਲਾਂ ਦੇ ਵਿੱਚ ਜਿਹੜਾ ਸਰਵੇ ਕੀਤਾ, ਉਹਨਾਂ ਨੇ ਉਸ ਵੇਲੇ 23 ਸਾਲ ਦਾ ਪਾਣੀ ਦੱਸਿਆ। ਪੰਜਾਬ ਕੋਲ ਸਿਰਫ 17 ਸਾਲ ਦਾ, 17 ਸਾਲ ਤੋਂ ਪਾਣੀ, 14 ਮਾਰੂਥਲ ਹੋ ਜੂ ਪੰਜਾਬ, 14 ਸਾਲ ਜੋ ਜਿਹੜੇ 14 ਅਰਬ ਘਣ ਮੀਟਰ ਪਾਣੀ ਜਿਹੜਾ ਹਰ ਸਾਲ ਜਿਹੜਾ ਥੱਲੇ, ਜਿੱਦਾਂ ਆਪਾਂ ਕਹਿੰਦੇ ਹਾਂ ਜੱਟਾਂ ਵਾਲੀ ਭਾਸ਼ਾ 'ਚ ਵੀ, ਹਰ ਸਾਲ ਕੋਈ 7 ਫੁੱਟ ਦਾ ਟੋਟਾ ਪਾਉਂਦਾ, ਕੋਈ 10 ਫੁੱਟ ਦਾ ਮੋਟਰ ਦੀ ਡਿਲੀਵਰੀ ਥੱਲੇ ਨੂੰ ਪਾਈ ਜਾਂਦਾ। ਉਹਦਾ ਮਤਲਬ ਕੀ ਹੈ, ਪਾਣੀ 10 ਫੁੱਟ ਅੱਗੇ ਨੂੰ ਹਰ ਸਾਲ ਥੱਲੇ ਚਲੇ ਗਿਆ, ਹੁਣ 10 ਸਾਲਾਂ ਦੇ ਵਿੱਚ 100 ਫੁੱਟ ਚੱਲ ਜੂ, ਅਤੇ ਤੁਸੀਂ ਅੰਦਾਜ਼ਾ ਲਾਓ ਕਿ ਜੇ, ਕਿਉਂਕਿ ਇਹ ਤਾਂ ਮਾਹਰ ਦੱਸਦੇ ਆ। ਪਰ ਜਿਵੇਂ ਹੜ੍ਹ ਆ ਜਾਂਦੇ ਨੇ, ਹੋਰ ਆ ਜਾਂਦਾ ਪਾਣੀ ਤਾਂ ਉੱਪਰ ਵੀ ਆ ਜਾਂਦਾ, ਉਹਦੇ ਵਿੱਚ ਜਿਹੜਾ ਪਾਣੀ ਆਉਂਦਾ ਅਤੇ ਜਿਹੜਾ ਹੈਗਾ, ਕਿਉਂਕਿ 37 ਅਰਬ ਘਣ ਮੀਟਰ ਜਿਹੜਾ ਹੈਗਾ ਪਾਣੀ ਅਸੀਂ ਕੱਢਦੇ ਹਾਂ, ਉਹਦੇ ਵਿੱਚੋਂ ਜਿਹੜਾ ਹੈਗਾ ਵਾ 14 ਅਰਬ ਘਣ ਮੀਟਰ ਪਾਣੀ ਜਿਹੜਾ ਘਟਦਾ, ਬਾਕੀ ਜਿਹੜਾ ਪਾਣੀ ਜਿੱਦਾਂ ਦਰਿਆਵਾਂ ਰਾਹੀਂ ਰਿਚਾਰਜ ਹੁੰਦਾ, ਹੋਰ ਵੱਖ ਵੱਖ ਸਾਧਨਾਂ ਰਾਹੀਂ, ਉਹ ਰਿਚਾਰਜ ਹੋ ਕੇ ਵੀ ਸਾਡਾ ਜਿਹੜਾ ਹੈਗਾ 14 ਅਰਬ ਘਣ ਮੀਟਰ ਪਾਣੀ ਪੰਜਾਬ ਦਾ ਥੱਲੇ ਤਾਂ ਕੀ ਹੈਗਾ ਕਿ ਅਗਲੇ 17-20 ਸਾਲਾਂ ਬਾਅਦ ਪੰਜਾਬ ਮਾਰੂਥਲ ਹੋਊਗਾ। 17 ਸਾਲਾਂ ਦੇ ਜੇ ਅਸੀਂ ਨਾ ਕੀਤਾ, ਅਸੀਂ ਇਸੇ ਕਰਕੇ ਕਹਿੰਦੇ ਹਾਂ ਕਿ ਜੇ ਸਾਨੂੰ ਅੱਜ ਦਿਸ ਰਿਹਾ ਵੀ ਸਾਡਾ ਪਾਣੀ ਤਾਂ 17 ਸਾਲ ਦਾ ਰਹਿ ਗਿਆ, ਤਾਂ ਪਰ ਇਹ ਇਲੈਕਸ਼ਨ ਹੋ ਰਹੀ ਹੈ ਵੀ ਇਹ ਇਲੈਕਸ਼ਨ 'ਚ ਮੁੱਦਾ ਹੀ ਨਾ ਬਣੇ, ਤਾਂ ਪਾਣੀ ਕੌਣ ਰੋਕੂਗਾ? ਅਸੀਂ ਕਹਿੰਦੇ ਕਿ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਗ੍ਰੀਨ ਮੈਨੀਫੈਸਟੋ ਵੀ ਦਿੱਤਾ ਕਿ 1900 ਜਦੋਂ ਆਜ਼ਾਦ ਹੋਇਆ ਉਦੋਂ 38 ਸਾਲ ਦਾ 38% ਸਾਡੀ ਗ੍ਰੀਨਰੀ ਸੀ, ਇਸ ਵੇਲੇ 4.6 ਆ, ਉਹ ਵੀ ਜੰਗਲ ਨਹੀਂ, ਆ ਜਿਹੜੇ ਸੜਕਾਂ ਦੇ ਦਰਖਤ ਗਿਣ ਕੇ ਜੰਗਲ ਥੋੜ੍ਹਾ, ਇਹਨਾਂ ਨੂੰ ਗਿਣ ਕੇ ਜਿਹੜਾ ਹੈਗਾ ਇੰਨਾ ਬਣਿਆ। ਪਰ ਜਿਹੜੀ 5 ਸਾਲਾਂ ਲਈ ਜਿਹੜੀਆਂ ਪੋਲੀਟੀਕਲ ਪਾਰਟੀਆਂ ਆਉਣਾ ਚਾਹੁੰਦੀਆਂ, ਉਹ ਸਾਨੂੰ ਪ੍ਰੋਗਰਾਮ ਦੇਣ ਵੀ 5 ਸਾਲਾਂ 'ਚ ਅਸੀਂ ਜੰਗਲਾਤ ਨੂੰ ਘੱਟੋ ਘੱਟ ਅਸੀਂ 10% 'ਤੇ ਲੈ ਕੇ ਚੱਲੀਏ, ਘੱਟੋ ਘੱਟ ਹੀ ਚਾਹ ਹੋਵੇ, ਅਤੇ ਜਿਹੜਾ ਪਾਣੀ ਧਰਤੀ ਵੱਲ ਥੱਲੇ ਜਾ ਰਿਹਾ ਉਹਨੂੰ ਅਸੀਂ ਕਿੱਦਾਂ ਰੋਕਣਾ? ਜਿਹੜਾ ਸਾਡਾ ਬ੍ਰੇਨ ਵੀ ਡਰੇਨ ਹੋ ਰਿਹਾ ਅਤੇ ਸਾਡੀ ਰੇਨ ਵੀ ਡਰੇਨ ਹੋ ਰਹੀ ਹੈ, ਰੇਨ ਰੀਚਾਰਜ ਅਸੀਂ ਕਿੱਦਾਂ ਕਰਨੀ ਹੈ ਤਾਂ ਕਿ ਪਾਣੀ ਦਾ ਲੈਵਲ ਜਿਹੜਾ ਘਟਿਆ ਉੱਪਰ ਆਵੇ? ਫਿਰ ਸਾਡੀ ਜਿਹੜੀ ਖੇਤੀ ਹੈ, ਸਭ ਤੋਂ ਵੱਡਾ ਜਿੱਦਾਂ ਝੋਨਾ, ਝੋਨੇ ਨੇ ਸਾਰਾ ਤੋਂ ਜ਼ਿਆਦਾ ਪਾਣੀ, ਸਾਡੇ ਪਾਣੀ ਦਾ ਨੁਕਸਾਨ ਵੀ ਕੀਤਾ, ਕੱਢਿਆ ਵੀ ਹੈ, ਹਾਂ, ਅਤੇ ਇਹਨੇ ਧਰਤੀ ਥੱਲੇ ਰੀਚਾਰਜ ਹੋਣ ਤੋਂ ਵੀ ਰੋਕਿਆ। ਹੁਣ ਪਾਣੀ ਧਰਤੀ ਥੱਲੇ ਜਿੱਥੇ ਝੋਨਾ ਲੱਗ ਜਾਂਦਾ ਕੋਈ ਪਾਣੀ ਰੀਚਾਰਜ ਨਹੀਂ ਹੁੰਦਾ, ਅੱਗੇ ਸਾਰੀ ਧਰਤੀ 'ਚ ਸਾਡੇ ਪਾਣੀ ਰੀਚਾਰਜ ਹੁੰਦਾ ਸੀ, 20 ਪੈਂਦਾ ਸੀ ਪਾਣੀ ਥੱਲੇ ਜਾਂਦਾ ਸੀ। ਹੁਣ ਤੁਸੀਂ ਦੇਖੋ ਕਿੱਦਾਂ ਆਲੂ ਗੜ ਰਹੇ ਆ, ਕਿੱਦਾਂ ਜਿਹੜੀ ਹੈਗੀ ਆ ਕਣਕਾਂ ਗੜ ਰਹੀਆਂ, ਕਿਉਂਕਿ ਪਾਣੀ ਥੱਲੇ ਜਾ ਨਹੀਂ ਰਿਹਾ, ਪਾਣੀ ਉੱਪਰ ਖੜਾ। ਸੋ ਇਹ ਜਿਹੜੀ ਚੀਜ਼ ਆ ਕਿ ਅਸੀਂ ਕਣਕ ਝੋਨੇ 'ਚੋਂ ਅਸੀਂ ਜ਼ਿਮੀਂਦਾਰਾਂ ਨੂੰ ਕਿੱਦਾਂ ਕੱਢਾਂਗੇ? ਹੁਣ ਤੀਕਰ ਪੰਜਾਬ ਨੇ ਸਾਰੇ ਭਾਰਤ ਦਾ ਅੰਨ ਦਾ ਜਿਹੜਾ ਸੀਗਾ ਭੰਡਾਰ ਭਰਿਆ, ਅਤੇ ਉਹ ਜਿਹੜੀ ਸਾਡੀ ਪੰਜਾਬ ਧਰਤੀ ਇਹਨੂੰ ਕੰਗਾਲ ਕਰਤਾ, ਪਾਣੀ ਬਾਹਰ ਅਸੀਂ ਕੱਢ ਲਿਆ। ਜੇਕਰ ਅਸੀਂ ਜਿੱਦਾਂ ਡ੍ਰਿਪ ਸਿਸਟਮ ਜਾਂ ਫੁਆਰਾ ਸਿਸਟਮ ਜਾਂ ਅਸੀਂ ਬਾਗਬਾਨੀ ਵੱਲ ਜਾਂ ਅਸੀਂ ਫੁੱਲਾਂ ਦੀ ਖੇਤੀ, ਕਿਉਂਕਿ ਇਹ ਚੀਜ਼ਾਂ ਜ਼ਿਮੀਂਦਾਰ ਨੂੰ ਜੋ ਕਹੋਗੇ ਬੀਜ ਸਕਦਾ, ਪਰ ਇਹ ਤਾਂ ਸਰਕਾਰਾਂ ਨੇ ਨੀਤੀ ਨਿਰਧਾਰਤ ਕਰਨੀ ਹੈ ਵੀ ਜੇ ਤੁਸੀਂ ਬੀਜੋਗੇ ਅਸੀਂ ਚੱਕਾਂਗੇ, ਤੁਹਾਨੂੰ ਬਾਹਰ ਲਿਜਾਵਾਂਗੇ, ਹਰ ਤਾਂ ਹੋ ਸਕਦਾ, ਇਹ ਜ਼ਿਮੀਂਦਾਰ ਨਹੀਂ ਕਰ ਸਕਦਾ। ਇਹ ਮੁੱਦੇ ਜਿਹੜੇ ਹੈਗੇ ਆ, ਜੇ ਪਾਣੀ ਨੂੰ ਅਸੀਂ ਬਚਾਉਣਾ ਵਾ ਤਾਂ ਸਾਨੂੰ ਝੋਨੇ ਦਾ ਬਦਲ ਲੱਭਣਾ ਪਊ, ਉਹ ਵੀ ਸਰਕਾਰ ਦੇਵੇ, ਪੋਲੀਟੀਕਲ ਪਾਰਟੀਆਂ ਦੇਣਗੇ ਵੀ ਅਸੀਂ ਇਸ ਤਰ੍ਹਾਂ ਬਣਾਵਾਂਗੇ। ਸਾਡੇ 15 ਲੱਖ ਮੋਟਰ ਪਾਣੀ ਦੀ ਕੱਢਦੀ ਹੈ ਧਰਤੀ 'ਚੋਂ, ਅਤੇ ਰਿਚਾਰਜ ਕਿੱਥੇ ਹੁੰਦਾ? ਹਰ ਸ਼ਹਿਰ 'ਚੋਂ ਇੱਕ ਨਹਿਰ ਗੰਦਾ ਪਾਣੀ ਜਿਹੜਾ ਹੈਗਾ ਕੱਢ ਰਹੀ ਹੈ। ਜੇ ਉਹ ਪਾਣੀ ਟਰੀਟ ਕਰਕੇ ਖੇਤੀ ਨੂੰ ਲਾਇਆ ਹੁੰਦਾ, ਇੱਕ ਟਰੀਟਮੈਂਟ ਪਲਾਂਟ ਹੀ ਲਾਏ ਹੁੰਦੇ ਨਾ ਸ਼ਹਿਰਾਂ ਦੇ ਮਿਊਂਸੀਪਲ ਕਮੇਟੀਆਂ ਨੇ, ਅਤੇ ਸਾਡਾ ਪੰਜਾਬ ਦਾ ਪਾਣੀ ਭਾਵੇਂ ਘੱਟ ਰਿਹਾ ਸੀ ਪਰ ਗੰਦਾ ਨਹੀਂ ਸੀ ਹੋਣਾ। ਅਸੀਂ ਉਹਨਾਂ 'ਤੇ ਰੋਕ ਨਹੀਂ ਲਾਈ, ਅਸੀਂ ਕਹਿੰਦੇ ਇੰਡਸਟਰੀ ਲੱਗਣੀ ਚਾਹੀਦੀ ਹੈ, ਇੰਡਸਟਰੀ ਵਧਣੀ ਚਾਹੀਦੀ ਹੈ, ਇੰਡਸਟਰੀ ਦਾ ਵਿਕਾਸ ਹੋਣਾ ਚਾਹੀਦਾ, ਬਾਹਰਲੇ ਮੁਲਕਾਂ 'ਚ ਵੀ ਹੈ, ਪਰ ਉਹ ਆਪਣੀ ਸਾਫ਼ ਸੁਥਰੀ ਜੋ ਪੈਰਾਮੀਟਰ ਪੋਲਿਊਸ਼ਨ ਕੰਟਰੋਲ ਬੋਰਡ ਦੇ, ਉਹਨਾਂ ਦੇ ਪਹਿਰਾ ਦੇਣ। ਉੱਥੇ ਮੇਰਾ ਲਾਸਟ ਸਵਾਲ ਇਹ ਹੈਗਾ ਤੁਹਾਨੂੰ ਕਿ ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ, ਜਿਹੜਾ ਨਿਰਮਲਾ ਪੰਥ ਹੈਗਾ ਜਾਂ ਨਿਰਮਲੇ ਨੇ ਜਿਹੜੇ, ਉਹ ਗੁਰੂ ਸਾਹਿਬ ਦੇ
लाडले रहे, गुरु साहब के ना जुड़े रहे। पिछले दौर के अंदर जिन्हिया भी बाकी धारावान ने है ना, सिखी की कोर धारा तो बिना जो बाकी धारावान ने उन्होंने लैके अक्सर सवाल होंगे ने, मैं कह वो नगेट भी हुई ने एक लैवल के उत्ते घटिया ने। ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੀ ਗੱਲ ਨੂੰ, ਕਿਵੇਂ ਦੇਖਦੇ ਹੋਗੇ? ਗੱਲ ਤਾਂ ਸਮਝਣ ਦੀ ਹੈ, ਜਿੰਨਾ ਜਿਵੇਂ ਤੁਹਾਨੂੰ ਕਹਿੰਦੇ ਨੇ ਜਿਹੜਾ ਤੁਹਾਡੇ ਭਗਵੇਂ ਪਾਏ ਨੇ ਤਾਂ ਕਹਿੰਦੇ ਭਗਵੇਂ ਹੋ ਗਏ, ਭਗਵੇਂ ਰੰਗ ਚਰੰਗੇ, ਕਿਉਂਕਿ ਭਗਵਾਂ ਰੰਗ ਜਾ ਕੇ ਬੀਜੇਪੀ ਆਰਐਸਐਸ ਨਾਲ ਜੋੜ ਦਿੰਦੇ ਨੇ। ਭਗਵੇਂ ਤੇ ਇਹਨਾਂ ਨੂੰ ਪਤਾ ਨਹੀਂ, ਭਗਵਾਂ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸੱਚਾ ਸੌਦਾ ਕੀਤਾ ਤਾਂ ਇਹਨਾਂ ਨੂੰ ਕੀਤਾ, ਉਹ ਸੰਤੀ ਸੀ, ਉਹਨਾਂ ਦੇ ਭਗਵੇਂ ਸੀਗੇ, ਉਹਨਾਂ ਨੂੰ ਸੁਕਾਇਆ। ਫਿਰ ਗੁਰੂ ਨਾਨਕ ਪਾਤਸ਼ਾਹ ਜਦੋਂ ਵੇਈ ਤੋਂ ਬਾਹਰ ਆ ਕੇ ਜਗਤ ਜਲੰਧੇ ਨੂੰ ਉਤਾਰਨ ਗਏ, ਸੰਤ ਘਾਟ ਤੋਂ ਜਦੋਂ ਉਦਾਸੀਆਂ ਸ਼ੁਰੂ ਕੀਤੀਆਂ, ਉਹਨਾਂ ਨੇ ਭਗਵੇਂ ਪਾਣੇ ਪਾ ਕੇ ਹੀ ਉਹਨਾਂ ਵਿੱਚ, ਕਿਉਂਕਿ ਉਦੋਂ ਵਿਚਰਨ ਵਾਲਿਆਂ ਦੇ ਉਹ ਪਹਿਰਾਵਾ ਉਹੋ ਜਿਹਾ ਕਰਨਾ ਪੈਂਦਾ ਸੀ। ਸੋ ਭਗਵਾਂ ਇਸ ਬਾਣੀ ਕਹਿੰਦੇ ਪੂਣੀ ਵਿੱਚੋਂ ਬਾਹਰ ਆਵੇ ਭਗਵਾਂ ਭੇਸ ਵਸਾਈ ਦਾ, ਸਭ ਇੱਕੋ ਰੰਗ ਪਾਈ ਦਾ। ਇਹ ਵਿਰਾਗ ਦਾ, ਤਿਆਗ ਦਾ ਸਿੰਬਲ ਆ, ਇਹ ਕਿਸੇ ਪਾਰਟੀ ਦਾ ਨਹੀਂ। ਭਾਜਪਾ ਤਾਂ ਪਰਸੋਂ ਆਈ ਹੈ, ਆਰਐਸਐਸ ਪਰਸੋਂ ਆਈ ਹੈ, ਸੰਤ ਤਾਂ ਸਦੀਆਂ ਤੋਂ। ਕੌਣ ਕਹਿੰਦਾ ਜਿਹੜੀ ਹੈਗੀ ਹੈ ਕਿ ਉਹਦੇ ਨਾਲ ਜੋੜ ਕੇ ਅਸੀਂ ਉਹ ਜਿਹੜੀ ਹੈਗੀ ਹੈ, ਕਿਉਂਕਿ ਜਿਹਨੂੰ ਨਹੀਂ ਸਮਝ, ਨਹੀਂ ਪਤਾ, ਨਹੀਂ ਉਹ ਚੀਜ਼ ਦੇ ਬਾਰੇ, ਉਹ ਜੋ ਮਰਜ਼ੀ ਕਹਿ ਸਕਦਾ। ਪਰ ਇਹ ਜਿਹੜਾ ਇਹ ਸਾਰਾ ਕੁਛ ਐਵੇਂ ਬੇਮਤਲਬ, ਤੁਹਾਡੇ ਸ਼ੁਰੂ ਤੋਂ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਗੁਰੂ ਮਹਾਰਾਜ ਦਾ ਪ੍ਰਕਾਸ਼ ਆ, ਬਾਣੀ ਚੱਲਦੀ ਹੈ, ਅਖੰਡ ਪਾਠ ਦੀ ਲੜੀ ਚੱਲਦੀ ਹੈ, ਸੁਲਤਾਨਪੁਰ ਅਖੰਡ ਪਾਠ ਚੱਲਦੇ ਆ, ਲੜੀ ਚੱਲਦੀ ਹੈ, ਤਲਵੱਡੀ ਮਾਧੋ ਸਥਾਨ ਆ ਉੱਥੇ ਚੱਲਦੀ ਹੈ। ਅਤੇ ਗੁਰੂ ਮਹਾਰਾਜ ਦਾ ਹੀ ਜਿਹੜੇ ਹੈਗੇ ਆ, ਗੁਰੂ ਮਹਾਰਾਜ ਦੀ ਮਹਿਮਾ ਗਾਉਣ ਵਾਲੇ ਸਵੇਰੇ ਸਵਾਮੀ ਸਾਰੇ, ਅਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਆ, ਅਸੀਂ ਤਾਂ ਸੇਵਾਦਾਰ ਆ, ਅਸੀਂ ਤਾਂ ਝਾੜੂ ਦੇਣ ਵਾਲੇ ਹਾਂ। ਜੇ ਵੇਈ ਦੀ ਸਫਾਈ ਹੈ ਤਾਂ ਅਸੀਂ ਤਾਂ ਕਹਿੰਦੇ ਪਾਤਸ਼ਾਹ ਨੇ ਸਾਨੂੰ ਇਹ ਝਾੜੂ ਦੀ ਸੇਵਾ ਦਿੱਤੀ ਹੈ, ਸਾਨੂੰ ਚੁਣਿਆ, ਅਸੀਂ ਆਪਣੇ ਆਪ ਨੂੰ ਫੁਟਭਾਗਾ ਸਮਝਦੇ ਹਾਂ ਕਿ ਪਾਤਸ਼ਾਹ ਸਾਡੇ 'ਤੇ ਰਹਿਮਤ ਕੀਤੀ ਹੈ। ਪਰ ਅਸੀਂ ਹੁਣ ਬੇਨਤੀ ਕਰਾਂਗੇ ਸਾਰੇ ਸਿੱਖ ਸ਼ਰਧਾਲੂਆਂ ਨੂੰ, ਜਿੰਨੇ ਵੀ ਦੁਨੀਆ ਭਰ ਦੇ ਵਿੱਚ ਵੱਸਦੇ ਆ, ਵੀ ਹੁਣ ਜਿਹੜੀ ਤੁਸੀਂ ਜਿਹੜੀ ਹੈਗੀ ਹੈ, ਜਿਹਨਾਂ ਨੇ ਵੋਟ ਪਾਉਣੀ ਆ 18 ਸਾਲਾਂ ਤੋਂ ਉੱਪਰ, ਵੀ ਜਿਹਨੂੰ ਵੀ ਤੁਸੀਂ ਚੁਣਦੇ ਆ, ਘੱਟੋ ਘੱਟ ਉਹਨੂੰ ਪੁੱਛੋ ਸਾਨੂੰ ਜਿਉਣ ਦਾ ਅਧਿਕਾਰ ਤਾਂ ਦਿਓ, ਸਾਨੂੰ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖੁਰਾਕ, ਸਾਡਾ ਮੌਲਿਕ ਅਧਿਕਾਰ ਆ ਸਾਡੇ। ਕਿਉਂਕਿ ਵੋਟ ਤਾਂ ਜਿਹੜੀ ਹੈਗੀ ਹੈ ਮਾਂ ਬਾਪ ਨੇ ਪਾਉਣੀ ਆ, ਭਵਿੱਖ ਜਿਹੜਾ ਹੈਗਾ ਬੱਚਿਆਂ ਦਾ। ਜਦੋਂ ਵੋਟ ਪਾਉਣ ਤੋਂ ਪਹਿਲਾਂ ਆਪਾਂ ਨੂੰ ਬੱਚਿਆਂ ਦੇ ਭਵਿੱਖ ਬਾਰੇ ਵੀ ਸੋਚਣਾ ਚਾਹੀਦਾ, ਉਹਨਾਂ ਦੀ ਹਵਾ, ਪਾਣੀ, ਧਰਤੀ ਕੀ ਬੱਚੇ। ਹੁਣ ਦੇਖੋ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਜਿਹੜੇ ਹੈਗੇ, ਸਾਡੇ ਨੌਜਵਾਨ ਬ੍ਰੇਨ ਜਿਹੜਾ ਹੈਗਾ, ਜਿਹੜੀ ਕਰੀਮ ਆ ਉਹ ਸਾਰੀ ਬਾਹਰ ਨੂੰ ਤੁਰੀ ਜਾ ਰਹੀ। ਕੀ ਬਾਬੇ ਨਾਨਕ ਦੀ ਧਰਤੀ ਨੂੰ ਉਹਨਾਂ ਦੀ ਲੋੜ ਨਹੀਂ? ਕੀ ਜਿਹੜਾ ਹੈਗਾ ਉਹਨਾਂ ਲਈ ਇੱਥੇ ਕੰਮ ਨਹੀਂ ਮਿਲ ਸਕਦੇ, ਰੁਜ਼ਗਾਰ, ਰੁਜ਼ਗਾਰ ਕਰਕੇ ਜਾ ਰਹੇ ਆ? ਤੁਸੀਂ ਦੇਖੋਗੇ ਬੰਗਲੌਰ ਦੇ ਵਿੱਚ 24 ਲੱਖ ਨੌਕਰੀਆਂ IT ਨੂੰ ਦਿੱਤੀਆਂ, ਅਤੇ IT ਪੰਜਾਬ ਵਾਸਤੇ ਨਹੀਂ ਆ ਸਕਦੀ? ਇੱਥੇ ਘਰ ਵਿੱਚ ਬੈਠੇ ਜਿਹੜੇ ਮਰਜ਼ੀ ਇੰਗਲੈਂਡ, ਕਨੇਡਾ, ਜਿੱਥੇ ਮਰਜ਼ੀ ਉਹ ਨੌਕਰੀ ਕਰ ਸਕਦੇ ਆ। ਗੱਲ ਤਾਂ ਇਹ ਹੈ ਕਿ ਸਾਡੇ ਇਹ ਮੁੱਦੇ, ਪੋਲੀਟੀਕਲ, ਰੁਜ਼ਗਾਰ ਦਾ ਮੁੱਦਾ, ਸਿਹਤ ਦਾ ਮੁੱਦਾ, ਸਾਡੀ ਜਿਹੜੇ ਇਨਵਾਇਰਮੈਂਟ ਦਾ ਮੁੱਦਾ, ਕਿਉਂਕਿ ਇਨਵਾਇਰਮੈਂਟ ਸਾਫ਼ ਹੋਊਗਾ ਫਿਰ ਸਾਨੂੰ ਬਾਹਲੇ ਡਾਕਟਰਾਂ ਦੀ ਵੀ ਲੋੜ ਨਹੀਂ, ਹਸਪਤਾਲਾਂ ਦੀ ਲੋੜ ਨਹੀਂ, ਫਿਰ ਉਹ ਚੀਜ਼ਾਂ ਹੋ ਜਾਣਗੀਆਂ। ਜੇ ਇਨਵਾਇਰਮੈਂਟ ਖਰਾਬ ਹੋ, ਜਿੰਨੇ ਮਰਜ਼ੀ ਕੈਂਸਰ ਦੇ ਹਸਪਤਾਲ ਖੋਲ੍ਹੀ ਚੱਲੋ। ਸੋ ਇਹ ਜਿਹੜੀ ਹੈਗੀ ਹੈ ਸਾਨੂੰ ਸੋਚਣਾ ਪਊਗਾ ਵੋਟ ਤੋਂ ਪਹਿਲਾਂ, ਜਿਹਨੂੰ ਵੀ ਵੋਟ ਪਾਉਂਦੇ ਹਾਂ, ਜਿਸ ਵੀ ਪਾਰਟੀ ਨੂੰ ਪਾਉਂਦੇ ਹਾਂ, ਜਿਸ ਵੀ ਕੈਂਡੀਡੇਟ ਨੂੰ ਪਾਉਂਦੇ ਹਾਂ, ਘੱਟੋ ਘੱਟ ਉਹਨੂੰ ਪੁੱਛੋ ਵੀ ਸਾਡੇ ਸਾਨੂੰ ਜਿਉਣ ਦਾ ਅਧਿਕਾਰ ਮਿਲੂਗਾ। ਬਿਲਕੁਲ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸੰਤ ਬਲਬੀਰ ਸਿੰਘ ਸੀਚੇਵਾਲ, ਜਿਨ੍ਹਾਂ ਨੇ ਕਿਹਾ ਰਾਜਨੀਤੀ ਅਧਿਆਤਮਕ ਹੋ ਸਕਦੀ ਹੈ ਜੇ ਇੱਛਾ ਹੋਵੇ। ਜੇ ਇੱਛਾ ਹੋਵੇ ਤਾਂ ਪੰਜਾਬ ਵੀ ਬਦਲ ਸਕਦਾ, ਜੇ ਇੱਛਾ ਹੋਵੇ ਪੰਜਾਬ ਦੇ ਪਾਣੀ, ਮਿੱਟੀ, ਪ੍ਰਦੂਸ਼ਣ ਦੇ ਮਸਲੇ ਵੀ ਹੱਲ ਹੋ ਸਕਦੇ ਨੇ। ਇਸ ਕਰਕੇ ਜ਼ਰੂਰਤ ਇਹ ਹੈ ਕਿ ਇੱਛਾ ਸ਼ਕਤੀ ਲੋਕਾਂ ਨੂੰ ਲੀਡਰਾਂ 'ਚ ਪੈਦਾ ਕਰਨੀ ਪਏਗੀ, ਕਿਉਂਕਿ ਲੀਡਰ ਤਾਂ ਲੋਕਾਂ ਦੀ ਗੱਲ ਉਸ ਤਰ੍ਹਾਂ ਨਹੀਂ ਮੰਨਦੇ। ਜ਼ਰੂਰੀ ਹੈ ਕਿ ਇਹਨਾਂ ਚੋਣਾਂ 'ਚ ਇਹਨਾਂ ਚੀਜ਼ਾਂ ਨੂੰ ਮੁੱਦਾ ਬਣਾਇਆ ਜਾਵੇ ਅਤੇ ਆਪਣੇ ਆਪਣੇ ਕੈਂਡੀਡੇਟਾਂ ਤੋਂ, ਪਾਰਟੀਆਂ ਤੋਂ ਸਭ ਗੱਲਾਂ ਪੁੱਛੀਆਂ ਜਾਣ।